ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜਜ਼ਬਾਤੀ ਜ਼ਿੰਦਗੀ ਸਟੋਰੀਜ਼ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਪਤੀ ਪਤਨੀ ਦੀ ਬਹੁਤ ਹੀ ਦਿਲ ਨੂੰ ਛੂਹ ਜਾਣ ਵਾਲੀ ਅਤੇ ਭਾਵੁਕ ਕਰ ਦੇਣ ਵਾਲੀ ਕਹਾਣੀ ਦੇ ਨਾਲ ਹਾਜ਼ਰ ਹਾਂ। ਉਮੀਦ ਹੈ ਤੁਹਾਨੂੰ ਇਹ ਵੀ ਬਹੁਤ ਜ਼ਿਆਦਾ ਪਸੰਦ ਆਵੇਗੀ। ਜ਼ਰੂਰੀ ਕੰਮ ਕਰਕੇ ਆਈ ਸੀ, ਕੈਬ ਬੁੱਕ ਕਰਵਾ ਕੇ ਅੱਧੇ ਰਸਤੇ ਹੀ ਪਹੁੰਚੀ ਸੀ ਕਿ ਅਚਾਨਕ ਅਨੂ ਵਰਗੀ ਕੋਈ ਦਿਸ ਗਈ। ਨਹੀਂ ਨਹੀਂ, ਇਹ ਅਨੂ ਨਹੀਂ ਹੋ ਸਕਦੀ, ਪਰ ਸੱਚੀ ਉਹ ਅਨੂ ਹੀ ਸੀ। ਅਨੂ ਅਰਾਧਨਾ ਦਾ ਛੋਟਾ ਨਾਮ ਹੈ ਜੋ ਮੇਰੀ ਬੇਟੀ ਹੈ। ਅਰਾਧਨਾ ਨੂੰ ਦੇਖਦੇ ਹੀ ਮੈਂ ਇਮੋਸ਼ਨਲ ਹੋ ਗਈ। ਅਰਾਧਨਾ ਕਾਫੀ ਕਮਜ਼ੋਰ ਲੱਗ ਰਹੀ ਸੀ, ਕੱਪੜੇ ਵੀ ਉਸਨੇ ਚੰਗੇ ਨਹੀਂ ਸਨ ਪਾਏ ਹੋਏ, ਕਾਫੀ ਪੁਰਾਣੇ ਅਤੇ ਮੈਲੇ ਜਿਹੇ ਸਨ। ਉਸਨੂੰ ਦੇਖ ਕੇ ਮੈਨੂੰ ਉਸ 'ਤੇ ਤਰਸ ਆਇਆ। ਅਨੁਰਾਧਾ ਦੇ ਨਾਲ ਕੋਈ ਛੋਟਾ ਬੱਚਾ ਸੀ। ਮੈਂ ਆਪਣੀ ਉਤਸੁਕਤਾ ਰੋਕ ਨਾ ਸਕੀ। ਮਨ ਕਰ ਰਿਹਾ ਸੀ ਕਿ ਅਰਾਧਨਾ ਨੂੰ ਗਲੇ ਲਗਾ ਲਵਾਂ ਅਤੇ ਉਸਦੀ ਮਹਿਕ ਨੂੰ ਆਪਣੇ ਸਾਹਾਂ ਵਿੱਚ ਵਸਾ ਲਵਾਂ। ਮੈਂ ਕੈਬ 'ਚੋਂ ਉਤਰ ਗਈ। ਮੈਂ ਸੋਚਣ ਲੱਗੀ, ਹੌਲੀ ਹੌਲੀ ਉਸਦੇ ਕੋਲ ਪਹੁੰਚੀ ਅਤੇ ਆਵਾਜ਼ ਦਿੱਤੀ, ਅਨੂ। ਉਹ ਇੱਕਦਮ ਚੌਂਕ ਗਈ ਅਤੇ ਫਿਰ ਤੇਜ਼ੀ ਨਾਲ ਮੈਨੂੰ ਚਿੰਬੜ ਗਈ ਅਤੇ ਫੁੱਟ ਫੁੱਟ ਕੇ ਰੋਣ ਲੱਗੀ। ਡਰ ਨਾਲ ਸਹਿਮ ਕੇ ਉਹ ਬੱਚਾ ਵੀ ਰੋਣ ਲੱਗਾ। ਮੈਂ ਕੁਝ ਅਲੱਗ ਹੀ ਮਹਿਸੂਸ ਕਰ ਰਹੀ ਸੀ। ਇੰਨੇ ਸਾਲਾਂ ਬਾਅਦ ਜੋ ਮਿਲਿਆ ਸੀ ਉਸਨੂੰ ਆਪਣੇ ਤੋਂ ਅਲੱਗ ਕਰਨ ਦਾ ਮਨ ਨਹੀਂ ਸੀ ਕਰ ਰਿਹਾ। ਕਾਫੀ ਦੇਰ ਰੋਣ ਤੋਂ ਬਾਅਦ ਜਦੋਂ ਉਸਨੇ ਆਵਾਜ਼ ਸੁਣੀ, ਦੀਦੀ ਮੈਨੂੰ ਡਰ ਲੱਗ ਰਿਹਾ, ਡੈਡੀ ਕੋਲ ਚੱਲੋ। ਉਦੋਂ ਉਹ ਸੰਭਲੀ, ਹੰਝੂ ਪੂੰਝ ਕੇ ਮੇਰੇ ਵੱਲ ਵੇਖਿਆ ਅਤੇ ਮੁਸਕਰਾਈ। ਫਿਰ ਕਹਿਣ ਲੱਗੀ, ਮੰਮੀ ਅਸੀਂ ਇੱਥੇ ਹਸਪਤਾਲ ਵਿੱਚ ਹਾਂ, ਪਾਪਾ ਉੱਪਰ ਹਨ, ਦੇਰ ਹੋ ਰਹੀ ਹੈ, ਮੈਂ ਚੱਲਦੀ ਹਾਂ। ਮੈਂ ਇੱਥੋਂ ਖਿਸਕਣ ਲਈ ਇੰਨਾ ਹੀ ਕਹਿ ਸਕੀ, ਹੋ ਸਕੇ ਤਾਂ ਸ਼ਾਮ ਨੂੰ ਆ ਜਾਇਓ, ਇਹ ਮੇਰਾ ਭਰਾ ਹੈ, ਉਸਨੇ ਤਰਸ ਭਰੀਆਂ ਨਜ਼ਰਾਂ ਨਾਲ ਕਿਹਾ। ਫਿਰ ਆਪਣੇ ਭਰਾ ਦੇ ਮੋਢੇ 'ਤੇ ਹੱਥ ਰੱਖ ਉਹ ਮੇਰੀਆਂ ਨਜ਼ਰਾਂ ਤੋਂ ਓਹਲੇ ਹੋ ਗਈ। ਅਰਾਧਨਾ ਦਾ ਆਕਰਸ਼ਣ ਇੰਨਾ ਸੀ ਕਿ ਮੈਂ ਇਹ ਭੁੱਲੀ ਗਈ ਕਿ ਮੈਂ ਅਮਰ ਨੂੰ ਮਿਲਣ ਜਾਣਾ ਸੀ। ਮੈਂ ਸੋਚਣ ਲੱਗੀ ਕਿ ਕਿੱਥੇ ਮੈਨੂੰ ਨਫ਼ਰਤ ਕਰਨ ਵਾਲੀ ਉਸ ਦਿਨ ਖੂਬਸੂਰਤ ਕੋਰੀ ਚਿੱਟੀ ਅਨੂ ਅਤੇ ਕਿੱਥੇ ਅੱਜ ਦੀ ਦੁਖੀ ਅਤੇ ਤਰਸਯੋਗ ਹਾਲਤ ਵਿੱਚ ਬਚਪਨ ਦਾ ਬੋਝ ਢੋ ਰਹੀ ਉਮਰ ਤੋਂ ਜ਼ਿਆਦਾ ਸਿਆਣੀ ਅਰਾਧਨਾ। ਮੈਂ ਅਮਰ ਨੂੰ ਖ਼ਬਰ ਭਿਜਵਾਈ ਕਿ ਅੱਧੇ ਘੰਟੇ ਵਿੱਚ ਮੈਂ ਆ ਰਹੀ ਹਾਂ ਅਤੇ ਜਲਦ ਹੀ ਚੱਲ ਪਈ। ਅਚਾਨਕ ਮੇਰੀਆਂ ਨਜ਼ਰਾਂ ਮੂਹਰੇ ਵਿਨੋਦ ਦਾ ਚਿਹਰਾ ਘੁੰਮ ਗਿਆ। ਮੇਰੇ ਮਾਤਾ ਪਿਤਾ ਨੇ ਉਸਦੀ ਖੂਬਸੂਰਤੀ ਅਤੇ ਆਕਰਸ਼ਕ ਵਿਅਕਤੀਤਵ ਦੇਖ ਕੇ ਮੇਰਾ ਵਿਆਹ ਉਸ ਨਾਲ ਤੈਅ ਕੀਤਾ ਸੀ। ਮੈਂ ਪੋਸਟ ਗ੍ਰੈਜੂਏਟ ਸੀ ਅਤੇ ਕਾਲਜ ਵਿੱਚ ਪੜ੍ਹਾਉਂਦੀ ਸੀ। ਵਿਨੋਦ ਬੈਂਕ ਵਿੱਚ ਸੀ। ਅਸੀਂ ਦੋਨਾਂ ਨੇ ਇੱਕ ਦੂਸਰੇ ਨੂੰ ਪਸੰਦ ਕਰਕੇ ਹੀ ਵਿਆਹ ਕੀਤਾ ਸੀ। ਵਿਆਹ ਤੋਂ ਤੁਰੰਤ ਬਾਅਦ ਉਸਦਾ ਤਬਾਦਲਾ ਦਿੱਲੀ ਹੋ ਗਿਆ, ਇਸ ਲਈ ਅਸੀਂ ਉੱਥੇ ਚਲੇ ਗਏ। ਵਿਆਹ ਹੁੰਦੇ ਹੀ ਮੈਂ ਨੌਕਰੀ ਛੱਡ ਦਿੱਤੀ ਸੀ। ਹਾਲਾਂਕਿ ਵਿਨੋਦ ਨੂੰ ਇਹ ਚੰਗਾ ਨਹੀਂ ਸੀ ਲੱਗਿਆ, ਪਰ ਮੈਂ ਤਬਾਦਲੇ ਦੇ ਝਮੇਲਿਆਂ ਵਿੱਚ ਨਹੀਂ ਪੈਣਾ ਚਾਹੁੰਦੀ ਸੀ। ਦਿੱਲੀ ਵਰਗੇ ਮਹਾਨਗਰਾਂ ਵਿੱਚ ਤਾਂ ਖਰਚੇ ਵੈਸੇ ਹੀ ਵੱਧ ਜਾਂਦੇ ਹਨ। ਇੱਕ ਦਿਨ ਵਿਨੋਦ ਨੇ ਹੀ ਗੱਲ ਛੇੜੀ, ਮੀਨਾ ਸਾਰਾ ਦਿਨ ਘਰ ਵਿੱਚ ਬੈਠੇ ਬੈਠੇ ਤੈਨੂੰ ਘੁਟਣ ਮਹਿਸੂਸ ਨਹੀਂ ਹੁੰਦੀ? ਮੇਰਾ ਦੋਸਤ ਕਹਿ ਰਿਹਾ ਸੀ ਕਿ ਕਾਲਜ ਵਿੱਚ ਹਿੰਦੀ ਅਧਿਆਪਕ ਦੀ ਜਗ੍ਹਾ ਖਾਲੀ ਆ, ਜੇ ਕਹੇ ਤਾਂ ਗੱਲ ਚਲਾਵਾਂ। ਮੈਂ ਕਿਹਾ, ਵੈਸੇ ਤਾਂ ਮੇਰਾ ਨੌਕਰੀ ਕਰਨ ਦਾ ਹਜੇ ਕੋਈ ਖਿਆਲ ਨਹੀਂ, ਘਰੇ ਵੀ ਤਾਂ ਬਹੁਤ ਸਾਰੇ ਕੰਮ ਹੁੰਦੇ ਆ, ਢੰਗ ਨਾਲ ਖਾਣਾ ਬਣਾਉਣਾ ਵੀ ਤਾਂ ਸਿੱਖ ਰਹੀ ਹਾਂ। ਵਿਨੋਦ ਨੂੰ ਮੇਰੀ ਗੱਲ ਚੰਗੀ ਨਹੀਂ ਲੱਗੀ। ਉਸਨੇ ਕਿਹਾ, ਹਜੇ ਤਾਂ ਆਪਣੇ ਬੱਚੇ ਵੀ ਨਹੀਂ ਹਨ, ਇੰਨੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਤੇਰਾ ਇਸ ਤਰ੍ਹਾਂ ਘਰੇ ਬੈਠਣਾ ਮੈਨੂੰ ਚੰਗਾ ਨਹੀਂ ਲੱਗਦਾ। ਫਿਰ ਮਹਿੰਗਾਈ ਵੀ ਤਾਂ ਕਿੰਨੀ ਆ, ਤੂੰ ਹੱਥ ਵਟਾਏਂਗੀ
ਤਾਂ ਆਪਾਂ ਘਰ ਦੇ ਲਈ ਕੁਝ ਚੀਜ਼ਾਂ ਖਰੀਦ ਸਕਾਂਗੇ। ਵਿਨੋਦ ਦੀ ਗੱਲ ਉਸ ਸਮੇਂ ਮੈਨੂੰ ਵੀ ਚੰਗੀ ਲੱਗੀ। ਉਸਨੇ ਭੱਜ ਦੌੜ ਕਰਕੇ ਮੈਨੂੰ ਕਾਲਜ ਵਿੱਚ ਨੌਕਰੀ ਦਵਾ ਦਿੱਤੀ। ਦਿਨ ਗੁਜ਼ਰਦੇ ਗਏ। 8 ਸਾਲਾਂ ਬਾਅਦ ਹੀ ਆਰਾਧਨਾ ਦਾ ਜਨਮ ਹੋਇਆ ਸੀ। ਉਸਦੇ ਜਨਮ ਤੋਂ ਬਾਅਦ ਹੀ ਸਭ ਕੁਝ ਬਦਲ ਗਿਆ। ਵਿਨੋਦ ਨੂੰ ਬੇਟੀ ਨਾਲ ਬਹੁਤ ਜ਼ਿਆਦਾ ਲਗਾਅ ਸੀ। ਜਦੋਂ ਤੱਕ ਉਹ 5 ਸਾਲ ਦੀ ਹੋਈ ਉਦੋਂ ਤੱਕ ਮੇਰੀ ਸੱਸ ਸਾਡੇ ਨਾਲ ਰਹੀ। ਇਕੱਲੀ ਵਿਧਵਾ ਸੱਸ ਦਾ ਸਾਨੂੰ ਬਹੁਤ ਜ਼ਿਆਦਾ ਸਹਾਰਾ ਸੀ। ਮੇਰੀ ਅਤੇ ਪਤੀ ਦੀ ਤਨਖਾਹ ਨਾਲ ਗ੍ਰਹਿਸਥੀ ਦੀ ਗੱਡੀ ਬਹੁਤ ਵਧੀਆ ਚੱਲ ਰਹੀ ਸੀ। ਮੈਂ PhD ਦੇ ਲਈ ਰਜਿਸਟ੍ਰੇਸ਼ਨ ਕਰਵਾ ਲਿਆ ਸੀ। ਕਾਲਜ ਵਿੱਚ ਪ੍ਰਿੰਸੀਪਲ ਦੀ ਜਗ੍ਹਾ ਖਾਲੀ ਹੋਣ ਵਾਲੀ ਸੀ। PhD ਦੇ ਖਤਮ ਹੋਣ ਵਿੱਚ 6 ਮਹੀਨੇ ਬਾਕੀ ਸੀ। ਇੱਕ ਸਾਬਕਾ ਪ੍ਰਿੰਸੀਪਲ ਨੇ ਮੇਰੀ ਸਿਫਾਰਿਸ਼ ਕੀਤੀ ਸੀ। ਮੈਂ ਜੀ ਜਾਨ ਨਾਲ PhD ਦੀ ਸਮਾਪਤੀ ਵਿੱਚ ਲੱਗੀ ਹੋਈ ਸੀ। ਅਚਾਨਕ ਮੇਰੀ ਸੱਸ ਗੁਜ਼ਰ ਗਈ। ਵਿਨੋਦ ਨੂੰ ਮਾਂ ਦੀ ਮੌਤ ਤੋਂ ਜ਼ਿਆਦਾ ਬੇਟੀ ਦਾ ਇਕੱਲਾਪਨ ਰੜਕਣ ਲੱਗਾ। ਉਸਨੇ ਮਾਂ ਦੀਆਂ ਅੰਤਿਮ ਕਿਰਿਆਵਾਂ ਖਤਮ ਹੁੰਦਿਆਂ ਹੀ ਕਿਹਾ, ਮੈਂ ਚਾਹੁੰਦਾ ਹਾਂ ਕਿ ਤੂੰ ਨੌਕਰੀ ਛੱਡ ਦੇ। ਜਦੋਂ ਅਨੂ ਵੱਡੀ ਹੋ ਜਾਵੇ ਤਾਂ ਫਿਰ ਨੌਕਰੀ ਕਰ ਲਵੀਂ। ਮੈਂ ਹੈਰਾਨ ਰਹਿ ਗਈ। ਫਿਰ ਸਥਿਤੀ ਨੂੰ ਸੰਭਾਲਦੇ ਹੋਏ ਕਿਹਾ, ਇਸ ਤਰ੍ਹਾਂ ਕਿਵੇਂ ਹੋ ਸਕਦਾ? ਆਪਾਂ ਐਸ਼ੋ ਆਰਾਮ ਦੀ ਜ਼ਿੰਦਗੀ ਜਿਉਣ ਦੇ ਆਦੀ ਹੋ ਚੁੱਕੇ ਹਾਂ। ਮੇਰੀ ਤਨਖਾਹ ਨਹੀਂ ਹੋਵੇਗੀ ਤਾਂ ਦਿੱਲੀ ਵਰਗੇ ਸ਼ਹਿਰ ਵਿੱਚ ਤੁਹਾਡੇ ਇਕੱਲੇ ਦੀ ਤਨਖਾਹ ਨਾਲ ਆਪਾਂ ਕਿਵੇਂ ਗੁਜ਼ਰ ਬਸਰ ਕਰ ਸਕਾਂਗੇ? ਘੱਟੋ ਘੱਟ PhD ਛੱਡ ਦੇ। ਜੇ ਲੇਟ ਘਰ ਆਏਗੀ ਤਾਂ ਆਰਾਧਨਾ ਬਹੁਤ ਦੁਖੀ ਹੋ ਜਾਵੇਗੀ। ਉਹ ਪੂਰਾ ਦਿਨ ਇਕੱਲੀ ਕਿਵੇਂ ਰਹਿ ਸਕੇਗੀ? ਵਿਨੋਦ ਨੇ ਮੇਰੀ ਹਾਲਤ ਸਮਝਣ ਦੀ ਬਜਾਏ ਇੱਕ ਨਵਾਂ ਫੈਸਲਾ ਸੁਣਾ ਦਿੱਤਾ। ਉਸਨੂੰ ਤੁਸੀਂ ਕਿਉਂ ਨਹੀਂ ਸੰਭਾਲ ਲੈਂਦੇ? 4 ਮਹੀਨਿਆਂ ਵਿੱਚ ਮੇਰਾ ਥੀਸਿਸ ਕੰਪਲੀਟ ਹੋ ਜਾਵੇਗਾ। ਫਿਰ ਛੇਤੀ ਹੀ ਮੈਂ ਪ੍ਰਿੰਸੀਪਲ ਦਾ ਅਹੁਦਾ ਸੰਭਾਲ ਲਵਾਂਗੀ। ਕਾਲਜ ਵੱਲੋਂ ਵੀ ਉੱਥੇ ਘਰ ਮਿਲ ਜਾਵੇਗਾ। ਫਿਰ ਅਨੂ ਦੀ ਪਰਵਰਿਸ਼ ਵਿੱਚ ਕੋਈ ਵੀ ਰੁਕਾਵਟ ਨਹੀਂ ਆਵੇਗੀ। ਵਿਨੋਦ ਉਸ ਸਮੇਂ ਚੁੱਪ ਕਰ ਗਿਆ, ਪਰ ਉਸਦੇ ਮਨ ਵਿੱਚ ਜਵਾਲਾਮੁਖੀ ਨੇ ਬਣਨਾ ਸ਼ੁਰੂ ਕਰ ਦਿੱਤਾ ਸੀ। ਮੈਂ ਅਨੂ ਨੂੰ ਕਾਲਜ ਦੇ ਕੋਲ ਸ਼ਿਸ਼ੂ ਸਕੂਲ ਵਿੱਚ ਛੱਡਣਾ ਸ਼ੁਰੂ ਕਰ ਦਿੱਤਾ। ਮੈਂ ਰੋਜ਼ ਸਵੇਰੇ ਉਸਨੂੰ ਛੱਡ ਕੇ ਆਉਂਦੀ ਅਤੇ ਸ਼ਾਮ ਨੂੰ ਵਿਨੋਦ ਲੈ ਆਉਂਦੀ। ਮੈਨੂੰ ਥੀਸਿਸ ਦਾ ਕੰਮ ਖਤਮ ਕਰਕੇ ਵਾਪਸੀ 'ਤੇ ਦੇਰ ਹੋ ਜਾਂਦੀ। ਆਰਾਧਨਾ ਉਦਾਸ ਰਹਿਣ ਲੱਗੀ। ਉਸਦੀ ਖਾਮੋਸ਼ੀ ਮੈਨੂੰ ਵੀ ਕਦੇ ਕਦੇ ਚੁੱਭਦੀ, ਪਰ ਮੈਂ ਆਪਣੇ ਥੀਸਿਸ ਨੂੰ ਅਧੂਰਾ ਨਹੀਂ ਸੀ ਛੱਡ ਸਕਦੀ। ਸਾਡੇ ਦੋਨਾਂ ਦੇ ਵਿਚਕਾਰ ਅਕਸਰ ਹੀ ਮਨ ਮੁਟਾਵ ਹੋਣ ਲੱਗਾ। ਉਹ ਅਕਸਰ ਕਹਿੰਦਾ, ਮਾਂ ਬਾਪ ਦੇ ਹੁੰਦਿਆਂ ਹੋਇਆਂ ਬੱਚੀ ਇਸ ਤਰ੍ਹਾਂ ਅਨਾਥਾਂ ਵਾਂਗ ਪਲੇ, ਮੈਨੂੰ ਇਹ ਚੰਗਾ ਨਹੀਂ ਲੱਗਦਾ। ਮੈਂ ਤੜਾਕ ਦੇ ਨੇ ਉੱਤਰ ਦਿੰਦੀ, ਤਾਂ ਮੈਂ ਕੀ ਕਰਾਂ? ਇਹ ਤਾਂ ਕਰ ਨਹੀਂ ਸਕਦੇ ਕਿ ਕੋਈ ਚੰਗਾ ਸੁਝਾਅ ਦਿਓ, ਬਸ ਸਦਾ ਕੋਸਦੇ ਹੀ ਰਹਿੰਦੇ ਹੋ। ਗੱਲ ਜਦੋਂ ਬਹੁਤ ਵੱਧ ਜਾਂਦੀ ਤਾਂ ਉਹ ਕਹਿੰਦਾ, ਤੂੰ ਆਪਣੇ ਥੀਸਿਸ ਨੂੰ ਆਪਣੀ ਬੇਟੀ ਦੀ ਪਰਵਰਿਸ਼ ਤੋਂ ਜ਼ਿਆਦਾ ਜ਼ਰੂਰੀ ਸਮਝਦੀ ਹੈ, ਕਿਹੋ ਜਿਹੀ ਮਾਂ ਹੈ ਤੂੰ? ਮੈਂ ਕਹਿੰਦੀ, ਤੁਸੀਂ ਮੇਰੇ ਤੋਂ ਸੜਦੇ ਹੋ। ਤੁਹਾਡਾ ਗੁਮਾਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਤੁਹਾਡੇ ਤੋਂ ਉੱਚੇ ਅਹੁਦੇ 'ਤੇ ਪਹੁੰਚਾਂ। ਤਾਂ ਹੀ ਤਾਂ ਤੁਸੀਂ ਮੈਨੂੰ ਤਾਨੇ ਮਾਰਦੇ ਰਹਿੰਦੇ ਹੋ। ਇਹ ਨਾ ਭੁੱਲੋ ਕਿ ਮੈਨੂੰ ਨੌਕਰੀ 'ਤੇ ਜਾਣ ਲਈ ਮਜਬੂਰ ਤੁਸੀਂ ਹੀ ਕੀਤਾ ਸੀ। ਆਰਾਧਨਾ ਹੀ ਹਮੇਸ਼ਾ ਸਾਡੇ ਦੋਹਾਂ ਦੇ ਆਪਸੀ ਝਗੜੇ ਵਿੱਚ ਬਚਾਅ ਕਰਦੀ। ਉਹ ਸਦਾ ਇੱਕ ਹੀ ਗੱਲ ਕਹਿੰਦੀ, ਮੈਂ ਤਾਂ ਕਦੇ ਕੋਈ ਸ਼ਿਕਾਇਤ ਨਹੀਂ ਕੀਤੀ, ਪਰ ਥੀਸਿਸ ਅਧੂਰਾ ਛੱਡਣ ਲਈ
ਮੈਂ ਕਦੇ ਵੀ ਤਿਆਰ ਨਹੀਂ ਸੀ। ਮੇਰੀ ਬੱਚੀ ਮੇਰੇ ਜਿਗਰ ਦਾ ਟੁਕੜਾ ਸੀ। ਉਸਦੇ ਰੋਣ ਦੀ ਆਵਾਜ਼ ਮੈਨੂੰ ਪਰੇਸ਼ਾਨ ਕਰ ਦਿੰਦੀ। ਇੱਕ ਦਿਨ ਮੈਂ ਛੁੱਟੀ ਲੈ ਲਈ। ਘਰ ਵਿੱਚ ਉਸਦੀ ਪਸੰਦ ਦਾ ਹਲਵਾ ਅਤੇ ਆਲੂ ਦੀ ਸਬਜ਼ੀ, ਪੂਰੀਆਂ, ਇਹ ਦੋਨੋਂ ਚੀਜ਼ਾਂ ਉਸਨੂੰ ਬਹੁਤ ਚੰਗੀਆਂ ਲੱਗਦੀਆਂ ਸੀ। ਮੈਂ ਸਕੂਲੋਂ ਘਰ ਆਈ, ਮੈਂ ਬੜੇ ਪਿਆਰ ਨਾਲ ਟੇਬਲ 'ਤੇ ਰੱਖ ਕੇ ਉਸਨੂੰ ਆਪਣੇ ਕੋਲ ਬਿਠਾਇਆ। ਉਸਨੇ ਟੇਬਲ 'ਤੇ ਰੱਖੀਆਂ ਚੀਜ਼ਾਂ ਇੱਕ ਇੱਕ ਕਰਕੇ ਦੇਖੀਆਂ, ਫਿਰ ਚੁੱਪ ਕਰ ਗਈ। ਮੈਂ ਖੁਸ਼ੀ ਖੁਸ਼ੀ ਉਸਦੀ ਪ੍ਰਤੀਕਿਰਿਆ ਦਾ ਇੰਤਜ਼ਾਰ ਕਰ ਰਹੀ ਸੀ। ਜਦੋਂ ਕੁਝ ਨਾ ਬੋਲੀ ਤਾਂ ਮੈਂ ਹੀ ਕਿਹਾ, ਚੱਲ ਅਨੂ, ਅੱਜ ਮੈਂ ਤੈਨੂੰ ਆਪਣੇ ਹੱਥਾਂ ਨਾਲ ਖਵਾਉਂਦੀ ਹਾਂ। ਕਿਉਂ ਅੱਜ ਮੇਰੇ ਨਾਲ ਇੰਨੀ ਹਮਦਰਦੀ ਕਿਉਂ? ਉਸਦੇ ਸ਼ਬਦ ਸੂਲ ਦੀ ਤਰ੍ਹਾਂ ਮੇਰੇ ਦਿਲ ਵਿੱਚ ਛੇਦ ਕਰ ਗਏ। ਬੇਟਾ, ਕਿਹੋ ਜਿਹੀ ਗੱਲ ਕਰ ਰਹੀ ਹੈ? ਮੈਂ ਤੇਰੀ ਪਸੰਦ ਦੀਆਂ ਹੀ ਚੀਜ਼ਾਂ ਬਣਾਈਆਂ, ਦੇਖ, ਹਲਵਾ, ਗਰਮਾ ਗਰਮ ਪੂਰੀਆਂ। ਮੈਨੂੰ ਭੁੱਖ ਨਹੀਂ। ਕੀ ਹੋਇਆ, ਮੇਰੇ ਨਾਲ ਨਾਰਾਜ਼ ਹੈ? ਜੇਕਰ ਤੁਸੀਂ ਮੈਨੂੰ ਹਰ ਰੋਜ਼ ਇਸ ਤਰ੍ਹਾਂ ਖਾਣਾ ਖਵਾਓਗੇ ਤਾਂ ਮੈਂ ਅੱਜ ਖਾਣਾ ਖਾਣ ਨੂੰ ਤਿਆਰ ਹਾਂ। ਮੈਂ ਚੁੱਪ ਕਰ ਗਈ। ਕੀ ਜਵਾਬ ਦਿੰਦੀ? ਆਖਰ ਉਸਨੇ ਹੀ ਚੁੱਪੀ ਤੋੜੀ। ਬੋਲੋ, ਜਵਾਬ ਦਿਓ, ਕੀ ਹਰ ਰੋਜ਼ ਘਰੇ ਰਹਿ ਸਕਦੇ ਹੋ? ਫਿਰ ਤਾਂ ਮੈਨੂੰ ਨੌਕਰੀ ਛੱਡਣੀ ਪਵੇਗੀ, ਅਤੇ ਨੌਕਰੀ ਛੱਡ ਦਿੱਤੀ ਤਾਂ ਅਸੀਂ ਤੈਨੂੰ ਉਹ ਸੁੱਖ ਆਰਾਮ ਨਹੀਂ ਦੇ ਸਕਾਂਗੇ ਜੋ ਤੈਨੂੰ ਅੱਜ ਮਿਲ ਰਿਹਾ। ਦੇਖ ਬੇਟਾ, ਤੇਰੇ ਕੋਲ ਟੀ ਵੀ ਆ, ਏ ਸੀ ਆ, ਕਿੰਨੇ ਖਿਡੌਣੇ, ਚੰਗੇ ਸਕੂਲ ਵਿੱਚ ਤੂੰ ਪੜ੍ਹ ਰਹੀ ਹੈ, ਕੀ ਤੈਨੂੰ ਇਹ ਸਭ ਗਵਾਉਣਾ ਚੰਗਾ ਲੱਗੇਗਾ? ਪਰ ਪਾਪਾ ਤਾਂ ਕਹਿੰਦੇ ਆ ਕਿ ਤੁਹਾਨੂੰ ਨੌਕਰੀ ਕਰਨ ਦੀ ਜ਼ਰੂਰਤ ਨਹੀਂ। ਉਹ ਤਾਂ ਵੈਸੇ ਹੀ ਕਹਿੰਦੇ ਆ, ਜਦੋਂ ਤੂੰ ਵੱਡੀ ਹੋ ਜਾਵੇਂਗੀ ਉਦੋਂ ਹੀ ਇਹ ਗੱਲਾਂ ਸਮਝ ਸਕੇਂਗੀ। ਕੀ ਪਤਾ, ਪਰ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਤੁਹਾਡਾ ਹਰ ਰੋਜ਼ ਲੇਟ ਆਉਣਾ, ਫਿਰ ਰਾਤ ਨੂੰ ਤੁਹਾਡਾ ਅਤੇ ਪਾਪਾ ਦਾ ਝਗੜਾ ਕਰਨਾ। ਇਹ ਕਹਿੰਦੇ ਕਹਿੰਦੇ ਉਸਦੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗੇ। ਮੈਂ ਬੱਚੀ ਨੂੰ ਘੁੱਟ ਕੇ ਜੱਫੀ ਪਾ ਲਈ, ਫਿਰ ਕਿਹਾ, ਜੇ ਤੂੰ ਕਹੇ ਤਾਂ ਤੈਨੂੰ ਹੋਸਟਲ ਭੇਜ ਦੇਵਾਂ, ਉੱਥੇ ਤੈਨੂੰ ਬਹੁਤ ਸਾਰੀਆਂ ਸਹੇਲੀਆਂ ਮਿਲਣਗੀਆਂ, ਬਹੁਤ ਮਜ਼ਾ ਆਵੇਗਾ। ਉਸਨੇ ਕੋਈ ਜਵਾਬ ਨਹੀਂ ਦਿੱਤਾ। ਉਸ ਰਾਤ ਮੈਂ ਵਿਨੋਦ ਕੋਲ ਇਸ ਗੱਲ ਦਾ ਜ਼ਿਕਰ ਕੀਤਾ। ਮੈਨੂੰ ਤਾਂ ਹੈਰਾਨੀ ਹੁੰਦੀ ਆ ਕਿ ਉਸ ਇਨਸਾਨ ਨਾਲ ਮੈਂ ਵਿਆਹ ਹੀ ਕਿਉਂ ਕੀਤਾ। ਉਹ ਕਿੰਨਾ ਬਦਲ ਗਿਆ ਸੀ, ਕਠੋਰ ਦਿਲ ਵਾਲਾ ਅਤੇ ਹੰਕਾਰੀ। ਉਸਨੇ ਗੁੱਸੇ ਨਾਲ ਲਗਭਗ ਚੀਕਦੇ ਹੋਏ ਕਿਹਾ, ਕਿਹੋ ਜਿਹੀ ਮਾਂ ਏ ਤੂੰ, ਬੱਚੀ ਨੂੰ ਆਪਣੇ ਤੋਂ ਅਲੱਗ ਕਰਨਾ ਚਾਹੁੰਦੀ ਹੈ? ਮੈਂ ਕਿਹਾ, ਮੈਂ ਉਸਨੂੰ ਅਲੱਗ ਕਿੱਥੇ ਕਰ ਰਹੀ ਹਾਂ, ਅੱਜ ਕੱਲ੍ਹ ਤਾਂ ਸਾਰੇ ਹੀ ਬੱਚਿਆਂ ਨੂੰ ਹੋਸਟਲ ਵਿੱਚ ਭੇਜਦੇ ਆ। ਇੱਕ ਸਾਲ ਵਿੱਚ ਮੇਰਾ ਕੰਮ ਹੋ ਜਾਵੇਗਾ, ਫਿਰ ਪ੍ਰਿੰਸੀਪਲ ਬਣ ਜਾਣ ਤੋਂ ਬਾਅਦ ਕਾਲਜ ਦੇ ਕੈਂਪਸ ਵਿੱਚ ਹੀ ਘਰ ਮਿਲ ਜਾਵੇਗਾ, ਅਨੂ ਨੂੰ ਫਿਰ ਕਰ ਲਿਆਵਾਂਗੇ। ਵਿਨੋਦ ਨੇ ਝੱਟ ਉੱਤਰ ਦਿੱਤਾ, ਬਾਕੀਆਂ ਦੀ ਗੱਲ ਛੱਡ, ਸਮਾਜ ਵਿੱਚ ਝੂਠੀ ਸ਼ਾਨ ਬਣਾਉਣ ਦੇ ਲਈ ਲੋਕ ਬੱਚਿਆਂ ਨੂੰ ਹੋਸਟਲ ਭੇਜਦੇ ਹਨ, ਸਾਨੂੰ ਇਸ ਦੀ ਜ਼ਰੂਰਤ ਨਹੀਂ ਹੈ। ਅਤੇ ਇਹ ਖਿਆਲ ਦਿਲ ਵਿੱਚ ਫਿਰ ਕਦੇ ਨਾ ਲਿਆਵੀਂ ਕਿ ਮੈਂ ਕਾਲਜ ਕੈਂਪਸ ਵਿੱਚ ਤੇਰੇ ਨਾਲ ਰਹਾਂਗਾ। ਮੈਂ ਹੈਰਾਨ ਰਹਿ ਗਈ। ਥੋੜ੍ਹੀ ਦੇਰ ਬਾਅਦ ਪੁੱਛਿਆ, ਤੁਸੀਂ ਉੱਥੇ ਕਿਉਂ ਨਹੀਂ ਰਹੋਗੇ? ਸਾਡੀ ਬੱਚੀ ਦੀ ਦੇਖਭਾਲ ਵੀ ਉੱਥੇ ਢੰਗ ਨਾਲ ਹੋ ਜਾਵੇਗੀ, ਮੈਂ ਵੀ ਉਸਨੂੰ ਜ਼ਿਆਦਾ ਸਮਾਂ ਦੇ ਸਕਾਂਗੀ। ਮੈਨੂੰ ਲੱਗ ਰਿਹਾ ਸੀ ਕਿ ਉਹ ਹਾਲਾਤ ਨੂੰ ਸਮਝ ਜਾਵੇਗਾ। ਕੀ ਤੂੰ ਸੋਚਦੀ ਆ ਕਿ ਮੈਂ ਤੇਰੇ ਟੁਕੜਿਆਂ 'ਤੇ ਪਲੂੰਗਾ? ਮੈਂ ਮਰਦਾਂ, ਯਾਦ ਨਹੀਂ ਮੈਂ ਤੇਰੇ ਪਾਪਾ ਨੂੰ ਕੀ ਕਿਹਾ ਸੀ? ਉਸਨੇ ਤਣ ਕੇ ਕਿਹਾ, ਭਲਾ ਉਸਨੂੰ ਮੈਂ ਕਿਵੇਂ ਭੁੱਲ ਸਕਦੀ ਹਾਂ?
ਤੁਸੀਂ ਪਾਪਾ ਨੂੰ ਕਿੰਨੇ ਗੁਮਾਨ ਨਾਲ ਕਿਹਾ ਸੀ ਕਿ ਮੈਂ ਚਾਹੇ ਮਰ ਜਾਵਾਂ ਪਰ ਦੂਜਿਆਂ ਦੇ ਟੁਕੜਿਆਂ 'ਤੇ ਨਹੀਂ ਪਲ ਸਕਦਾ। ਮੇਰੀਆਂ ਬਾਹਾਂ ਦੀ ਤਾਕਤ 'ਤੇ ਭਰੋਸਾ ਹੋਵੇ ਤਾਂ ਆਪਣੀ ਬੇਟੀ ਦਾ ਹੱਥ ਮੇਰੇ ਹੱਥ ਵਿੱਚ ਦੇ ਦਿਓ। ਆਪਣੀ ਖੁਦਦਾਰੀ 'ਤੇ ਬਹੁਤ ਮਾਣ ਸੀ ਤੁਹਾਨੂੰ। ਸੀ ਨਹੀਂ, ਅੱਜ ਵੀ ਹੈ, ਪਰ ਉਸਨੇ ਗੱਲ ਵਿੱਚ ਹੀ ਛੱਡ ਦਿੱਤੀ ਸੀ। ਪਰ ਆਪਾਂ ਦੋਵੇਂ ਅਲੱਗ ਤਾਂ ਨਹੀਂ ਹਾਂ ਨਾ, ਮੈਂ ਉਸਨੂੰ ਸਵਾਲ ਕੀਤਾ। ਔਰਤ ਮਰਦ ਦਾ ਵਜੂਦ ਅਲੱਗ ਹੈ ਅਤੇ ਅਲੱਗ ਹੀ ਰਹੇਗਾ, ਉਸਨੇ ਆਪਣਾ ਮਨ ਸਪਸ਼ਟ ਕਰ ਦਿੱਤਾ। ਤਾਂ ਫਿਰ ਤੁਸੀਂ ਮੈਨੂੰ ਨੌਕਰੀ ਕਰਨ ਲਈ ਮਜਬੂਰ ਕਿਉਂ ਕੀਤਾ? ਮੈਨੂੰ ਵੀ ਗੁੱਸਾ ਆ ਗਿਆ। ਹੁਣ ਵੀ ਮੈਂ ਤੈਨੂੰ ਨੌਕਰੀ ਕਰਨ ਤੋਂ ਨਹੀਂ ਰੋਕਦਾ, ਬਸ ਇਹੀ ਕਹਿੰਦਾ ਕਿ ਘਰ ਅਤੇ ਬੱਚੀ ਦਾ ਧਿਆਨ ਰੱਖ, PhD ਵਗੈਰਾ ਦੀ ਲੋੜ ਨਹੀਂ ਹੈ। ਤੇਰੀ ਜਿੰਨੀ ਤਨਖਾਹ ਹੈ ਉਨੀ ਕਾਫੀ ਹੈ। ਉਮੀਦਾਂ ਅਤੇ ਇੱਛਾਵਾਂ ਦਾ ਕਦੇ ਵੀ ਅੰਤ ਨਹੀਂ ਹੁੰਦਾ, ਉਸਨੇ ਸਮਝਾਉਂਦਿਆਂ ਕਿਹਾ, ਪਰ ਇਸ ਨਾਲ ਮੇਰੇ ਇੰਨੇ ਦਿਨਾਂ ਦੀ ਮਿਹਨਤ 'ਤੇ ਪਾਣੀ ਫਿਰ ਜਾਵੇਗਾ। ਮੈਨੂੰ ਨਹੀਂ ਲੱਗਦਾ ਕਿ ਬੱਚੀ ਨੂੰ ਹੋਸਟਲ ਭੇਜਣ ਅਤੇ ਤੁਹਾਡੀ ਇਸ ਲੈਕਚਰਬਾਜ਼ੀ ਵਿੱਚ ਕੋਈ ਸੰਬੰਧ ਹੈ। ਹੈ, ਤਾਂ ਹੀ ਤਾਂ ਕਹਿ ਰਿਹਾ, ਮੇਰੀ ਬੇਟੀ ਹੋਸਟਲ ਵਿੱਚ ਨਹੀਂ ਜਾਵੇਗੀ। ਤੂੰ PhD ਛੱਡ ਕੇ ਉਸਦੀ ਪਰਵਰਿਸ਼ ਕਰ, ਨਹੀਂ ਤਾਂ ਮੈਂ ਉਸਨੂੰ ਆਪਣੀ ਭੈਣ ਦੇ ਕੋਲ ਰਾਜਸਥਾਨ ਭੇਜ ਦੇਵਾਂਗਾ, ਫਿਰ ਆਪਣਾ ਤਬਾਦਲਾ ਵੀ ਉੱਥੇ ਕਰਾ ਲਵਾਂਗਾ, ਉਸਨੇ ਧਮਕੀ ਭਰੇ ਅੰਦਾਜ਼ ਵਿੱਚ ਕਿਹਾ। ਅਰਾਧਨਾ, ਸਿਰਫ ਤੁਹਾਡੀ ਬੇਟੀ ਨਹੀਂ, ਉਸ 'ਤੇ ਮੇਰਾ ਵੀ ਓਨਾ ਹੀ ਹੱਕ ਆ ਜਿੰਨਾ ਕਿ ਤੁਹਾਡਾ। ਉਸਦੇ ਸੰਬੰਧ ਵਿੱਚ ਮੈਂ ਵੀ ਫੈਸਲਾ ਲੈਣ ਦਾ ਪੂਰਾ ਅਧਿਕਾਰ ਰੱਖਦੀ ਹਾਂ। ਇਸ ਫੈਸਲੇ ਦੀ ਹੱਕਦਾਰ ਤੂੰ ਉਦੋਂ ਬਣ ਸਕੇਂਗੀ ਜਦੋਂ ਤੂੰ ਉਸਦਾ ਭਲਾ ਚਾਹੇਂਗੀ। ਮਾਂ ਹੋ ਕੇ ਜੇਕਰ ਆਪਣੇ ਮਾਨ ਸਨਮਾਨ ਅਤੇ ਅਹੁਦੇ ਦੇ ਲਈ ਤੂੰ ਉਸਨੂੰ ਹੋਸਟਲ ਭੇਜਣ 'ਤੇ ਉਤਾਰੂ ਹੋ ਜਾਵੇਂ ਤਾਂ ਅਜਿਹੇ ਵਿੱਚ ਤੂੰ ਉਸ ਹੱਕ ਤੋਂ ਵਾਂਝੀ ਹੋ ਸਕਦੀ ਹਾਂ। ਮੇਰੇ ਗੁੱਸੇ ਦਾ ਕੋਈ ਅੰਤ ਨਾ ਰਿਹਾ। ਮੈਂ ਵੀ ਬਹੁਤ ਕੁਝ ਬੋਲ ਗਈ, ਵਿਨੋਦ ਨੇ ਵੀ ਬਹੁਤ ਕੁਝ ਕਿਹਾ, ਗੱਲ ਵੱਧਦੀ ਹੀ ਚਲੀ ਗਈ। ਇੰਨੇ ਵਿੱਚ ਅਰਾਧਨਾ ਭੱਜੀ ਭੱਜੀ ਆਈ ਅਤੇ ਲਗਭਗ ਚੀਕਦੀ ਹੋਈ ਕਹਿਣ ਲੱਗੀ, ਬੰਦ ਕਰੋ ਇਹ ਝਗੜਾ, ਮੈਂ ਇਸ ਘਰ ਵਿੱਚ ਹੁਣ ਹੋਰ ਨਹੀਂ ਰਹਿਣਾ, ਮੈਂ ਭੂਆ ਦੇ ਕੋਲ ਰਾਜਸਥਾਨ ਜਾਣਾ। ਇਹ ਸੁਣ ਮੇਰਾ ਦਿਲ ਬਾਹਰ ਨੂੰ ਆ ਗਿਆ। ਇਸ ਤਰ੍ਹਾਂ ਲੱਗਿਆ ਜਿਵੇਂ ਕਿਸੇ ਨੇ ਛਾਤੀ ਵਿੱਚ ਗੋਲੀ ਮਾਰ ਦਿੱਤੀ ਹੋਵੇ। ਮੈਂ ਇੱਕਦਮ ਪਲਟ ਕੇ ਆਪਣੇ ਕਮਰੇ ਵਿੱਚੋਂ ਬਾਹਰ ਚਲੀ ਗਈ। ਮਨ ਵਿੱਚ ਵਿਚਾਰ ਆਇਆ ਕਿ ਕੀ ਆਪਣੀ ਪਹਿਚਾਣ ਬਣਾਉਣਾ ਗੁਨਾਹ ਹੈ? ਕੀ ਮੈਂ ਕੋਈ ਗਲਤੀ ਕਰ ਦਿੱਤੀ? ਕੀ ਮੈਨੂੰ PhD ਨਹੀਂ ਕਰਨੀ ਚਾਹੀਦੀ ਸੀ? ਮਨ ਨੂੰ ਝੰਜੋੜਿਆ, ਨਹੀਂ, ਗਲਤੀ ਮਰਦਾਂ ਦੀ ਹੈ। ਪਤੀ ਦਾ ਗੁਮਾਨ ਮੇਰੀ ਤਰੱਕੀ ਸਵੀਕਾਰ ਨਹੀਂ ਕਰ ਸਕਦਾ। ਉਹ ਆਖਰ ਬ੍ਰਾਂਚ ਮੈਨੇਜਰ ਹੈ ਅਤੇ ਜੇਕਰ ਮੈਂ ਪ੍ਰਿੰਸੀਪਲ ਬਣ ਗਈ ਤਾਂ ਉਸਨੂੰ ਸਮਾਜ ਵਿੱਚ ਉਹ ਇੱਜ਼ਤ ਨਹੀਂ ਮਿਲੇਗੀ ਜੋ ਮੈਨੂੰ ਮਿਲੇਗੀ। ਉਹ ਮੇਰੇ ਤੋਂ ਸੜਦਾ। ਮੈਂ ਹਾਰ ਮੰਨਣ ਵਾਲੀ ਨਹੀਂ। ਅਰਾਧਨਾ ਹਜੇ ਬੱਚੀ ਹੈ, ਇੱਕ ਦਿਨ ਉਹ ਮਾਂ ਦਾ ਪਿਆਰ ਜ਼ਰੂਰ ਮਹਿਸੂਸ ਕਰੇਗੀ। ਵਿਚਾਰਾਂ ਦੇ ਸਾਗਰ ਵਿੱਚ ਗੋਤੇ ਲਾਉਂਦੇ ਲਾਉਂਦੇ ਕਦੋਂ ਅੱਖ ਲੱਗ ਗਈ ਪਤਾ ਹੀ ਨਾ ਲੱਗਾ। ਸਵੇਰੇ ਉੱਠੀ ਤਾਂ ਕੁਝ ਅਜੀਬ ਜਿਹੀ ਮਾਯੂਸੀ ਨੇ ਘੇਰ ਲਿਆ। ਵਿਨੋਦ ਨੂੰ ਨੇੜੇ ਨਾ ਦੇਖ ਛੇਤੀ ਉੱਠ ਕੇ ਬਾਹਰ ਡਰਾਇੰਗ ਰੂਮ ਵਿੱਚ ਪਹੁੰਚੀ। ਘਰ ਦਾ ਮਾਹੌਲ ਭਿਆਨਕ ਜਿਹਾ ਲੱਗਣ ਲੱਗਾ। ਅਰਾਧਨਾ, ਮੈਂ ਉੱਚੀ ਆਵਾਜ਼ ਦਿੱਤੀ, ਪਰ ਮੇਰੀ ਆਵਾਜ਼ ਗੂੰਜਦੀ ਹੋਈ ਮੇਰੇ ਹੀ ਕੰਨਾਂ ਨਾਲ ਵਾਪਸ ਆ ਟਕਰਾਈ। ਦਿਲ ਧੜਕਣ ਲੱਗਾ। ਅਚਾਨਕ ਮੇਜ਼ 'ਤੇ ਰੱਖੀ ਹੋਈ ਚਿੱਠੀ ਨੇ ਧਿਆਨ ਆਕਰਸ਼ਿਤ ਕੀਤਾ। ਧੜਕਦੇ ਹੋਏ ਦਿਲ ਨਾਲ ਉਹ ਖੱਤ ਚੱਕ ਕੇ ਪੜ੍ਹਨ ਲੱਗੀ। ਉਸ ਵਿੱਚ ਲਿਖਿਆ ਸੀ, ਮੈਂ ਅਰਾਧਨਾ ਨੂੰ ਲੈ ਕੇ ਰਾਜਸਥਾਨ ਜਾ ਰਿਹਾ ਹਾਂ, ਉਸਦੀ ਮਰਜ਼ੀ ਨਾਲ ਹੀ ਇਹ ਸਭ ਕੁਝ ਹੋ ਰਿਹਾ।
ਕਦੇ ਸਾਡੇ ਲਈ ਸਮਾਂ ਕੱਢ ਸਕੇ ਤਾਂ ਰਾਜਸਥਾਨ ਪਹੁੰਚ ਜਾਵੀਂ। ਵਿਨੋਦ। ਇਸ ਤੋਂ ਬਾਅਦ ਬਹੁਤ ਕੁਝ ਹੋ ਗਿਆ। ਅਰਾਧਨਾ ਨੇ ਮੈਨੂੰ ਸਮਝਣ ਸਮਝਾਉਣ ਦਾ ਕੋਈ ਮੌਕਾ ਹੀ ਨਹੀਂ ਦਿੱਤਾ। ਅੱਜ ਇੰਨੇ ਸਮੇਂ ਬਾਅਦ ਉਸਨੂੰ ਦੇਖ ਕੇ ਪੁਰਾਣੇ ਜ਼ਖਮ ਹਰੇ ਹੋ ਗਏ। ਮੈਂ ਸੋਚਣ ਲੱਗੀ, ਵਿਨੋਦ ਹਸਪਤਾਲ ਵਿੱਚ ਕੀ ਕਰ ਰਿਹਾ, ਕਿਹੋ ਜਿਹੀ ਅਜੀਬ ਹਾਲਤ ਹੈ, ਕਿਹੋ ਜਿਹਾ ਅਜੀਬ ਸੰਗਮ ਹੈ। ਕੀ ਕਹੂੰਗੀ ਮੈਂ ਵਿਨੋਦ ਨੂੰ? ਕੀ ਉਹ ਮੈਨੂੰ ਪਹਿਚਾਣੇਗਾ? ਕਿ ਮੈਨੂੰ ਉਸ ਨਾਲ ਮਿਲਣਾ ਚਾਹੀਦਾ? ਕੁਝ ਸਮਝ ਵਿੱਚ ਨਹੀਂ ਸੀ ਆ ਰਿਹਾ ਕਿ ਕੀ ਕਰਾਂ। ਮੈਂ ਜਦੋਂ ਅਮਰ ਨੂੰ ਮਿਲੀ ਤਾਂ ਬਹੁਤ ਜ਼ਿਆਦਾ ਪਰੇਸ਼ਾਨੀ ਵਿੱਚ ਸੀ। ਉਸਨੇ ਦੇਖਦਿਆਂ ਹੀ ਕਿਹਾ, ਕੀ ਹੋਇਆ, ਇੱਕ ਤਾਂ ਲੇਟ ਆਈ ਹਾਂ ਫਿਰ ਇੰਨੀ ਘਬਰਾਹਟ, ਸਭ ਕੁਝ ਠੀਕ ਤਾਂ ਹੈ, ਕੋਈ ਬੁਰੀ ਖਬਰ ਹੈ? ਮੈਂ ਮੁਸਕਰਾਉਂਦੇ ਹੋਏ ਆਪਣੇ ਵਿਚਾਰਾਂ ਨੂੰ ਝੜਕਣ ਦਾ ਯਤਨ ਕੀਤਾ। ਅਸੀਂ ਹੋਟਲ ਦੇ ਅੰਦਰ ਗਏ। ਮਨ ਵਿੱਚ ਵਿਚਾਰਾਂ ਦਾ ਬਵੰਡਰ ਚੱਲ ਰਿਹਾ ਸੀ। ਕੀ ਅਮਰ ਨੂੰ ਸਭ ਕੁਝ ਦੱਸ ਦੇਵਾਂ? ਕੀ ਉਹ ਸਮਝ ਸਕੇਗਾ? ਵਿਨੋਦ ਨੂੰ ਮਿਲਣ ਕਿਵੇਂ ਜਾਵਾਂ? ਅਮਰ ਨੂੰ ਕੀ ਕਵਾਂ? ਕੁਝ ਵੀ ਸਮਝ ਵਿੱਚ ਨਹੀਂ ਸੀ ਆ ਰਿਹਾ। ਅਚਾਨਕ ਮੇਰੇ ਮੋਢੇ 'ਤੇ ਹੱਥ ਰੱਖ ਕੇ ਅਮਰ ਨੇ ਹੀ ਕਿਹਾ, ਮੈਂ ਕੁਝ ਕੁਝ ਸਮਝ ਰਿਹਾ ਹਾਂ, ਸਮੱਸਿਆ ਕੀ ਹੈ ਸਾਫ ਸਾਫ ਦੱਸ। ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਮੈਂ ਅਮਰ ਨੂੰ ਸਭ ਕੁਝ ਦੱਸ ਦਿੱਤਾ। ਉਸਨੇ ਮੁਸਕਰਾਉਂਦੇ ਹੋਏ ਕਿਹਾ, ਇੰਨੀ ਜੀ ਗੱਲ ਦੇ ਲਈ ਪਰੇਸ਼ਾਨ ਹੈ? ਮੀਟਿੰਗ ਖਤਮ ਹੋਣ ਤੋਂ ਬਾਅਦ ਉਸ ਨਾਲ ਜਾ ਕੇ ਮਿਲ ਲਵੀਂ, ਮੈਂ ਵੀ ਨਾਲ ਚੱਲਾਂਗਾ। ਉਸਨੇ ਇੰਨੀ ਆਸਾਨੀ ਨਾਲ ਕਹਿ ਦਿੱਤਾ, ਪਰ ਮੈਂ ਆਪਣੇ ਆਪ ਨੂੰ ਸੰਭਾਲ ਨਹੀਂ ਸੀ ਸਕੀ। ਖਾਣਾ ਖਾਣ ਦੇ ਦੌਰਾਨ ਯਾਦਾਂ ਕਿਸੇ ਫਿਲਮ ਵਾਂਗ ਮਨ ਵਿੱਚ ਫਿਰ ਉਭਰਨ ਲੱਗੀਆਂ। ਆਪਣੀ PhD ਦੀ ਸਮਾਪਤੀ 'ਤੇ ਉਤਸ਼ਾਹਿਤ ਮੈਂ ਰਾਜਸਥਾਨ ਚੱਲ ਪਈ। ਮਨ ਮੈਨੂੰ ਦੋਸ਼ੀ ਠਹਿਰਾਉਣ ਲੱਗਾ। ਮੈਂ ਇਹਨਾਂ 6 ਮਹੀਨਿਆਂ ਵਿੱਚ ਉਹਨਾਂ ਸਭ ਦੀ ਕੋਈ ਖੋਜ ਖਬਰ ਨਹੀਂ ਸੀ ਲਈ। ਉਹਨਾਂ ਨੇ ਵੀ ਮੈਨੂੰ ਕੋਈ ਵੀ ਪੱਤਰ ਨਹੀਂ ਸੀ ਲਿਖਿਆ। ਮੈਂ ਸੋਚਣ ਲੱਗੀ ਕਿ ਮੇਰੀ ਬੇਟੀ ਅਰਾਧਨਾ ਨੂੰ ਮੇਰੀ ਯਾਦ ਨਹੀਂ ਆਈ ਹੋਵੇਗੀ। ਪਰ ਮੈਂ ਕਿਹੜਾ ਉਸਨੂੰ ਯਾਦ ਕੀਤਾ ਸੀ? PhD ਦੀ ਤਿਆਰੀ ਇੰਨੀ ਅਜੀਬ ਹੁੰਦੀ ਹੈ ਕਿ ਇਨਸਾਨ ਸਭ ਕੁਝ ਭੁੱਲ ਜਾਂਦਾ। ਪਰੰਤੂ ਇਸ ਵਿੱਚ ਗਲਤੀ ਹੀ ਕੀ ਸੀ? ਵਿਨੋਦ ਵੀ ਜਦੋਂ ਕੰਪਨੀ ਦੇ ਵੱਲੋਂ ਟ੍ਰੇਨਿੰਗ ਦੇ ਲਈ 6 ਮਹੀਨਿਆਂ ਦੇ ਲਈ ਵਿਦੇਸ਼ ਗਿਆ ਸੀ ਤਾਂ ਉਸਨੇ ਵੀ ਕੋਈ ਖੋਜ ਖਬਰ ਨਹੀਂ ਸੀ ਲਈ। ਮੈਂ ਵੀ ਤਾਂ ਬਿਜ਼ੀ ਸੀ। ਵਿਨੋਦ ਮੇਰੀ ਮਜਬੂਰੀ ਨੂੰ ਜ਼ਰੂਰ ਸਮਝ ਗਿਆ ਹੋਵੇਗਾ। ਮੈਂ ਜਦੋਂ ਘਰ ਜਾਵਾਂਗੀ ਤਾਂ ਉਹ ਸਾਰੇ ਖੁਸ਼ ਹੋ ਜਾਣਗੇ ਅਤੇ ਮੇਰਾ ਸਵਾਗਤ ਕਰਨਗੇ। ਮਨ ਵਿੱਚ ਉਮੀਦ ਦੀ ਇੱਕ ਕਿਰਨ ਜਾਗੀ, ਪਰ ਤੁਰੰਤ ਹੀ ਨਿਰਾਸ਼ਾ ਦੇ ਬੱਦਲਾਂ ਨੇ ਉਸਨੂੰ ਢੱਕ ਲਿਆ। ਕੀ ਸੱਚਮੁੱਚ ਉਹ ਮੇਰਾ ਸਵਾਗਤ ਕਰਨਗੇ? ਮੈਨੂੰ ਜੇਕਰ ਉਹਨਾਂ ਨੇ ਘਰੇ ਹੀ ਨਾ ਵੜਨ ਦਿੱਤਾ ਤਾਂ? ਸ਼ੰਕਾ ਦੇ ਨਾਲ ਹੀ ਮੈਂ ਰਾਜਸਥਾਨ ਪਹੁੰਚ ਗਈ ਅਤੇ ਨਣਦ ਦੇ ਘਰੇ ਪ੍ਰਵੇਸ਼ ਕੀਤਾ। ਨਣਦ ਵਿਧਵਾ ਹੋ ਗਈ ਸੀ, ਆਪਣਾ ਕੋਈ ਨਹੀਂ ਸੀ। ਅਰਾਧਨਾ ਨਾਲ ਉਸਨੂੰ ਬਹੁਤ ਪਿਆਰ ਸੀ, ਬਹੁਤ ਅਮੀਰ ਵੀ ਸੀ ਉਹ, ਇਸ ਲਈ ਬੜੀ ਸ਼ਾਨ ਨਾਲ ਰਹਿੰਦੀ ਸੀ। ਘਰ ਵਿੱਚ ਨੌਕਰਾਂ ਚਾਕਰਾਂ ਦੀ ਕੋਈ ਕਮੀ ਨਹੀਂ ਸੀ। ਮੈਂ ਡਰਦੇ ਡਰਦੇ ਘਰ ਦੇ ਅੰਦਰ ਪੈਰ ਰੱਖੇ। ਵਿਨੋਦ ਬਾਹਰ ਬਰਾਂਡੇ ਵਿੱਚ ਖੜ੍ਹਾ ਸੀ। ਉਸਨੇ ਮੈਨੂੰ ਦੇਖਦੇ ਹੀ ਵਿਅੰਗਮਈ ਮੁਸਕਰਾਹਟ ਦੇ ਨਾਲ ਕਿਹਾ, ਮੇਮ ਸਾਹਿਬ ਨੂੰ ਫੁਰਸਤ ਮਿਲ ਗਈ? ਮੈਂ ਜ਼ਬਰਦਸਤੀ ਆਪਣੇ ਗੁੱਸੇ ਨੂੰ ਰੋਕਿਆ ਅਤੇ ਮੁਸਕਰਾਉਂਦੇ ਹੋਏ ਅੰਦਰ ਚਲੀ ਗਈ। ਅੰਦਰੋਂ ਨਣਦ ਦੀ ਸਖ਼ਤ ਅਤੇ ਤਾਨਿਆ ਭਰੀ ਆਵਾਜ਼ ਨੇ ਮੈਨੂੰ ਟੋਕਿਆ, ਜਿਸ ਪਰਿਵਾਰ ਨਾਲ ਉਹ ਤੋਂ 6 ਮਹੀਨੇ ਪਹਿਲਾਂ ਰਿਸ਼ਤਾ ਤੋੜ ਚੁੱਕੀ ਹਾਂ, ਹੁਣ ਉੱਥੇ ਕੀ ਲੈਣਾ ਹੀ ਆ? ਮੈਂ ਕਦੋਂ ਰਿਸ਼ਤਾ ਤੋੜਿਆ ਸੀ? ਨਣਦ ਕਹਿਣ ਲੱਗੀ,
ਜਦੋਂ ਬੱਚੀ ਨੂੰ ਮੇਰੇ ਕੋਲ ਭੇਜਿਆ ਸੀ ਤਾਂ ਕੀ ਸੰਬੰਧ ਤੋੜਨਾ ਨਹੀਂ ਹੋਇਆ? ਮੈਂ ਹੈਰਾਨ ਹੋ ਗਈ। ਬਸ ਕਿਵੇਂ ਨਾ ਕਿਵੇਂ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਕਰਦੇ ਹੋਏ ਕਹਿਣ ਲੱਗੀ, ਦੀਦੀ ਮੈਂ ਤੁਹਾਡੇ ਨਾਲ ਆਪਣਾ ਅਧਿਕਾਰ ਜਿਤਾਉਣ ਜਾਂ ਲੜਨ ਲਈ ਨਹੀਂ ਆਈ। ਆਰਾਧਨਾ ਕਾਨੂੰਨ ਅੱਜ ਵੀ ਮੇਰੀ ਹੀ ਬੇਟੀ ਹੈ, ਮੈਂ ਕੇਵਲ ਉਸਨੂੰ ਲੈਣ ਆਈ ਹਾਂ। ਸਫ਼ਰ ਦੀ ਥਕਾਨ ਅਤੇ ਮਈ ਦੀ ਗਰਮੀ ਦੇ ਥਪੇੜਿਆਂ ਨੇ ਮੇਰੀ ਪਹਿਲਾਂ ਹੀ ਹਾਲਤ ਖਰਾਬ ਕਰ ਦਿੱਤੀ ਸੀ। ਉੱਪਰੋਂ ਵਿਨੋਦ ਦੇ ਸ਼ਬਦਾਂ ਨੇ ਮੈਨੂੰ ਹੋਰ ਵੀ ਨਿਰਾਸ਼ ਕਰ ਦਿੱਤਾ। ਉਸਨੇ ਬੇਰੁਖੀ ਨਾਲ ਕਿਹਾ, ਆਰਾਧਨਾ ਨੂੰ ਲਿਜਾਣ ਦਾ ਖਿਆਲ ਆਪਣੇ ਦਿਲ ਵਿੱਚੋਂ ਕੱਢ ਦੇ, ਉਹ ਤੇਰੇ ਨਾਲ ਕੋਈ ਵੀ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ। ਮੈਂ ਆਪੇ ਤੋਂ ਬਾਹਰ ਹੁੰਦਿਆਂ ਹੋਏ ਕਿਹਾ ਕਿ ਰਿਸ਼ਤੇ ਕੱਚੇ ਧਾਗਿਆਂ ਦੇ ਬਣੇ ਹੁੰਦੇ ਹਨ ਜੋ ਇੰਨੀ ਜਲਦੀ ਟੁੱਟ ਜਾਂਦੇ ਆ। ਇੰਨੇ ਵਿੱਚ ਆਰਾਧਨਾ ਬਾਹਰ ਆਈ। ਮੈਂ ਸੋਚਿਆ ਸੀ ਕਿ ਉਹ ਮੈਨੂੰ ਗੱਲ ਲੱਗ ਕੇ ਮਿਲੇਗੀ, ਰੋਵੇਗੀ। ਜੇਕਰ ਉਹ ਮੈਨੂੰ ਕੋਸਦੀ, ਗੁੱਸੇ ਹੁੰਦੀ, ਰੋਂਦੀ, ਕੁਝ ਵੀ ਕਰਦੀ ਤਾਂ ਮੈਂ ਖੁਸ਼ ਹੋ ਜਾਂਦੀ। ਪਰੰਤੂ ਉਸਦੀ ਬੇਰੁਖੀ ਨੇ ਮੈਨੂੰ ਪਰੇਸ਼ਾਨ ਕਰ ਦਿੱਤਾ। ਉਸਨੇ ਕਿਹਾ, ਮੰਮੀ ਇੱਥੇ ਕੀ ਲੈਣ ਆਏ ਹੋ? ਸ਼ੁਕਰ ਹੈ ਤੂੰ ਮੈਨੂੰ ਹਜੇ ਵੀ ਮਾਂ ਤਾਂ ਮੰਨਦੀ ਹਾਂ। ਮੈਂ ਤੇਰੇ ਕੋਲ ਆਈ ਹਾਂ, ਮੇਰੀ PhD ਪੂਰੀ ਹੋ ਗਈ ਆ। ਜੂਨ ਤੋਂ ਮੈਨੂੰ ਪ੍ਰਿੰਸੀਪਲ ਦਾ ਅਹੁਦਾ ਮਿਲ ਜਾਵੇਗਾ। ਕਾਲਜ ਦੇ ਕੈਂਪਸ ਵਿੱਚ ਹੀ ਸਾਡਾ ਘਰ ਹੋਵੇਗਾ। ਤੈਨੂੰ ਉੱਥੇ ਬਹੁਤ ਚੰਗਾ ਲੱਗੇਗਾ। ਹੁਣ ਆਪਾਂ ਇਕੱਠੇ ਰਹਾਂਗੇ, ਮੈਂ ਉਸਨੂੰ ਪਿਆਰ ਨਾਲ ਕਿਹਾ। ਪਾਪਾ ਸਾਡੇ ਨਾਲ ਨਹੀਂ ਜਾਣਗੇ ਅਤੇ ਮੈਂ ਉਹਨਾਂ ਦੇ ਬਗੈਰ ਨਹੀਂ ਰਹਿ ਸਕਦੀ। ਕੀ ਤੁਸੀਂ ਸਾਡੇ ਨਾਲ ਇੱਥੇ ਨਹੀਂ ਰਹਿ ਸਕਦੇ? ਉਸਨੇ ਮੈਨੂੰ ਹੀ ਸਵਾਲ ਕਰ ਦਿੱਤਾ ਸੀ। ਮੈਂ ਕੁਝ ਵੀ ਨਾ ਕਹਿ ਸਕੀ। ਮੇਰਾ ਵਜੂਦ ਮੈਨੂੰ ਨੌਕਰੀ ਛੱਡਣ ਤੋਂ ਰੋਕ ਰਿਹਾ ਸੀ। ਮੈਂ ਤਬਾਦਲੇ ਦੀ ਕੋਸ਼ਿਸ਼ ਕਰਨ ਲਈ ਤਿਆਰ ਸੀ, ਪ੍ਰਿੰਸੀਪਲ ਦਾ ਅਹੁਦਾ ਛੱਡਣ ਨੂੰ ਵੀ ਤਿਆਰ ਸੀ, ਪਰ ਨੌਕਰੀ ਛੱਡ ਕੇ ਘਰੇ ਬੈਠੇ ਰਹਿਣਾ ਮੈਨੂੰ ਮਨਜ਼ੂਰ ਨਹੀਂ ਸੀ। ਜੇਕਰ ਮਰਦ ਦਾ ਹੰਕਾਰ ਇੰਨਾ ਤਣ ਜਾਵੇ ਤਾਂ ਨਾਰੀ ਹੀ ਕਿਉਂ ਝੁਕੇ? ਅਸੀਂ ਦੋਨਾਂ ਨੇ ਆਪਣੇ ਆਪਣੇ ਹੰਕਾਰ ਦੇ ਚੱਲਦੇ ਬੱਚੀ ਦੇ ਭਵਿੱਖ ਦੀ ਗੱਲ ਸੋਚੀ ਹੀ ਨਹੀਂ। ਮੈਂ ਫਿਰ ਨਿਮਰਤਾ ਅਤੇ ਪਿਆਰ ਨਾਲ ਕਿਹਾ, ਬੇਟਾ ਮੈਂ ਤਬਾਦਲੇ ਦੀ ਕੋਸ਼ਿਸ਼ ਕਰਾਂਗੀ, ਉਦੋਂ ਤੱਕ ਤੂੰ ਮੇਰੇ ਨਾਲ ਰਹੇਂਗੀ। ਇੱਕ ਸਾਲ ਦੇ ਅੰਦਰ ਆਪਾਂ ਇੱਥੇ ਆ ਜਾਵਾਂਗੇ। ਆਰਾਧਨਾ ਨੇ ਪਲਟ ਕੇ ਪਾਪਾ ਵੱਲ ਦੇਖਿਆ, ਕਿਉਂ ਮਨਜ਼ੂਰ ਹੈ? ਵਿਨੋਦ ਨੇ ਕਿਹਾ, ਸੋਚ ਲੈ, ਮੈਂ ਉੱਥੇ ਨਹੀਂ ਰਹਾਂਗਾ, ਤੈਨੂੰ ਇਕੱਲਿਆਂ ਹੀ ਘਰ ਵਿੱਚ ਕੰਧਾਂ ਨਾਲ ਗੱਲਾਂ ਕਰਨੀਆਂ ਪੈਣਗੀਆਂ। ਫਿਰ ਤੇਰੀ ਮਾਂ ਦੇ ਕਹਿਣ ਵਿੱਚ ਪਤਾ ਨਹੀਂ ਕਿੰਨੀ ਕੁ ਸੱਚਾਈ ਹੈ, ਬਾਅਦ ਵਿੱਚ ਮੁੱਕਰ ਗਈ ਤਾਂ। ਮੈਨੂੰ ਵਿਨੋਦ 'ਤੇ ਬਹੁਤ ਗੁੱਸਾ ਆਇਆ ਕਿ ਪਤਾ ਨਹੀਂ ਭੈਣ ਭਰਾ ਨੇ ਆਰਾਧਨਾ ਨੂੰ ਮੇਰੇ ਵਿਰੁੱਧ ਕੀ ਕੁਝ ਕਹਿ ਦਿੱਤਾ ਸੀ। ਉਹ ਵਿਚਾਰੀ ਆਪਣੇ ਛੋਟੇ ਜਿਹੇ ਦਿਮਾਗ ਵਿੱਚ ਵਿਚਾਰਾਂ ਦਾ ਬਵੰਡਰ ਲੈ ਕੇ ਚੁੱਪ ਕਰ ਗਈ। ਮੇਰੀ ਨਣਦ ਨੇ ਕਿਹਾ, ਹਜੇ ਬੱਚੀ ਨੂੰ ਲੈ ਕੇ ਜਾਣ ਦੀ ਕੀ ਜ਼ਰੂਰਤ ਆ? ਜਦੋਂ ਤਬਾਦਲਾ ਹੋਵੇਗਾ ਤਾਂ ਦੇਖ ਲਵਾਂਗੇ, ਹਜੇ ਤਾਂ ਉਹ ਇੱਥੇ ਬਹੁਤ ਖੁਸ਼ ਹੈ। ਮੈਨੂੰ ਇਹ ਸਲਾਹ ਵੀ ਠੀਕ ਲੱਗੀ। ਮੈਂ ਅਗਲੀ ਟ੍ਰੇਨ ਰਾਹੀਂ ਦਿੱਲੀ ਵਾਪਸ ਆ ਗਈ। ਮੇਰੇ ਮਨ ਵਿੱਚ ਵੀ ਅਗਲੇ ਪ੍ਰੋਗਰਾਮਾਂ ਦੇ ਬਾਰੇ ਵਿੱਚ ਯੋਜਨਾਵਾਂ ਬਣਨ ਲੱਗੀਆਂ ਸੀ। ਮੈਂ ਵਾਪਸੀ ਅਤੇ ਆਪਣੇ ਤਬਾਦਲੇ ਦੇ ਬਾਰੇ ਵਿੱਚ ਸੈਕਰੇਟਰੀ ਨੂੰ ਰਿਕੁਐਸਟ ਕੀਤੀ ਤਾਂ ਉਸਨੇ ਕਿਹਾ ਕਿ ਤੁਹਾਡੀ ਪ੍ਰਿੰਸੀਪਲ ਦੀ ਨੌਕਰੀ ਦੇ ਲਈ ਸਿਫਾਰਿਸ਼ ਆਈ ਆ, ਕਿ ਇਹ ਸਭ ਕੁਝ ਛੱਡ ਕੇ ਰਾਜਸਥਾਨ ਜਾਣਾ ਚਾਹੇਂਗੀ? ਮੈਂ ਕਿਹਾ, ਪਰਿਵਾਰ ਦੀ ਖੁਸ਼ੀ ਦੇ ਲਈ ਔਰਤ ਨੂੰ ਥੋੜ੍ਹਾ ਜਿਹਾ ਤਿਆਗ ਕਰਨਾ ਹੀ ਪੈਂਦਾ, ਤਾਂ ਹੀ ਤਾਂ ਉਹ ਨਾਰੀ ਹੋਣ ਦਾ ਫਰਜ਼ ਨਿਭਾ ਸਕਦੀ ਆ। ਮੈਨੂੰ ਸਭ ਨੇ ਬਹੁਤ ਸਮਝਾਇਆ ਪਰ ਮੈਂ ਟਸ ਤੋਂ ਮਸ ਨਾ ਹੋਈ।
ਪਰ ਤਬਾਦਲੇ ਦੀ ਅਰਜ਼ੀ ਦਿੰਦਿਆਂ ਹੀ ਤਾਂ ਤਬਾਦਲਾ ਨਹੀਂ ਹੋ ਜਾਂਦਾ। ਸਰਕਾਰੀ ਯੂਨੀਵਰਸਿਟੀਆਂ ਵਿੱਚ ਪੜ੍ਹਾਉਣ ਵਾਲਿਆਂ ਦਾ ਤਬਾਦਲਾ ਹੋ ਸਕਦਾ। ਯੂਨੀਵਰਸਿਟੀ ਵਿੱਚ ਉੱਤਰ ਕਾਪੀਆਂ ਦੀ ਜਾਂਚ ਦੇ ਦੌਰਾਨ ਮੇਰੀ ਮੁਲਾਕਾਤ ਰਜਨੀ ਨਾਲ ਹੋਈ। ਉਸਦੇ ਪਤੀ ਦਾ ਦਿੱਲੀ ਤਬਾਦਲਾ ਹੋ ਗਿਆ ਸੀ ਅਤੇ ਉਹ ਵੀ ਇੱਥੇ ਆਉਣਾ ਚਾਹੁੰਦੀ ਸੀ। ਰਾਜਸਥਾਨ ਕਾਲਜ ਤੋਂ ਦਿੱਲੀ ਆਉਣ ਦੀ ਉਸਦੀ ਉਤਸੁਕਤਾ ਦੇਖ ਮੈਂ ਵੀ ਬਹੁਤ ਖੁਸ਼ ਹੋਈ। ਅਸੀਂ ਦੋਨਾਂ ਨੇ ਤਬਾਦਲੇ ਦੇ ਸਾਰੇ ਕਾਗਜ਼ ਜਮ੍ਹਾਂ ਕਰਵਾ ਦਿੱਤੇ, ਕਿਉਂਕਿ ਮੈਂ ਉਸਦੀ ਜਗ੍ਹਾ 'ਤੇ ਚਲੇ ਜਾਣਾ ਸੀ ਅਤੇ ਉਸਨੇ ਮੇਰੀ ਜਗ੍ਹਾ ਲੈ ਲੈਣੀ ਸੀ। ਫਿਰ ਮੈਂ 4 ਦਿਨਾਂ ਦੀ ਛੁੱਟੀ ਲੈ ਕੇ ਰਾਜਸਥਾਨ ਗਈ। ਰਾਜਸਥਾਨ ਤੋਂ ਮੇਰੇ ਪਤੀ ਦੇ ਖੱਤ ਨਿਯਮਿਤ ਰੂਪ ਵਿੱਚ ਨਹੀਂ ਆਉਂਦੇ ਸੀ। ਨਣਦ ਤਾਂ ਕਦੇ ਲਿਖਦੀ ਹੀ ਨਹੀਂ ਸੀ। ਮੈਂ ਆਪਣੇ ਖਿਆਲਾਂ ਵਿੱਚ ਗੁਆਚੀ ਹੋਈ ਇਹ ਸੋਚ ਵੀ ਨਾ ਸਕੀ ਕਿ ਸ਼ਾਇਦ ਉਹ ਸਭ ਮੇਰੇ ਤੋਂ ਕੰਨੀ ਕਤਰਾ ਰਹੇ ਹਨ। ਰਾਜਸਥਾਨ ਪਹੁੰਚਣ 'ਤੇ ਪਤਾ ਲੱਗਾ ਕਿ ਨਣਦ ਨੂੰ ਕੈਂਸਰ ਸੀ। ਜਦੋਂ ਤੱਕ ਪਤਾ ਲੱਗਾ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਉਸਦੀ ਦੇਖਭਾਲ ਦੇ ਲਈ ਮੋਹਿਨੀ ਨਾਮ ਦੀ ਨਰਸ ਰੱਖ ਲਈ ਗਈ ਸੀ। ਮੈਂ ਆਪਣੇ ਪਤੀ ਤੋਂ ਪੁੱਛਿਆ, ਮੈਨੂੰ ਖਬਰ ਕਿਉਂ ਨਹੀਂ ਦਿੱਤੀ? ਕੀ ਮੈਂ ਇੰਨੀ ਗੈਰ ਹੋ ਗਈ ਸੀ? ਵਿਨੋਦ ਨੇ ਕਿਹਾ, ਪਤਾ ਨਹੀਂ ਤੂੰ ਛੁੱਟੀ ਲੈ ਕੇ ਆਉਂਦੀ ਵੀ ਜਾਂ ਨਹੀਂ। ਇਸ ਬਿਮਾਰੀ ਵਿੱਚ ਇਲਾਜ ਵੀ ਕਾਫੀ ਦਿਨਾਂ ਤੱਕ ਚੱਲਦਾ ਰਹਿੰਦਾ। ਮੈਂ ਉਸ ਸਮੇਂ ਵੀ ਇਹੀ ਸੋਚਿਆ ਕਿ ਸ਼ਾਇਦ ਉਸਨੇ ਮੇਰੇ ਬਾਰੇ ਠੀਕ ਹੀ ਫੈਸਲਾ ਲਿਆ ਹੋਵੇਗਾ। ਮੈਂ ਆਪਣੇ ਤਬਾਦਲੇ ਦੇ ਬਾਰੇ ਵਿੱਚ ਉਸ ਕੋਲ ਜ਼ਿਕਰ ਕੀਤਾ ਤਾਂ ਉਹ ਕਹਿਣ ਲੱਗਾ, ਇਸ ਸਮੇਂ ਤੇਰਾ ਤਬਾਦਲਾ ਕਰਾਉਣਾ ਠੀਕ ਨਹੀਂ ਹੋਵੇਗਾ। ਦੀਦੀ ਬਹੁਤ ਬਿਮਾਰ ਹੈ, ਮੋਹਿਨੀ ਉਸਦੀ ਦੇਖਭਾਲ ਬਹੁਤ ਚੰਗੀ ਤਰ੍ਹਾਂ ਕਰ ਲੈਂਦੀ ਹੈ, ਉਹ ਇਲਾਜ ਦੇ ਬਾਰੇ ਵਿੱਚ ਸਭ ਕੁਝ ਜਾਣਦੀ ਵੀ ਹੈ। ਅਨੂ ਵੀ ਉਸ ਨਾਲ ਕਾਫੀ ਘੁਲ ਮਿਲ ਗਈ ਆ। ਮੇਰੇ ਆਉਣ ਨਾਲ ਇਸ ਵਿੱਚ ਕੀ ਰੁਕਾਵਟ ਆ ਸਕਦੀ ਆ? ਮੈਂ ਪੁੱਛਿਆ ਤਾਂ ਉਸਨੇ ਜਵਾਬ ਦਿੱਤਾ, ਡਾਕਟਰਾਂ ਦਾ ਕਹਿਣਾ ਕਿ ਦੀਦੀ ਮਹੀਨੇ 2 ਮਹੀਨੇ ਤੋਂ ਜ਼ਿਆਦਾ ਨਹੀਂ ਰਹਿ ਸਕਣਗੇ ਅਤੇ ਫਿਰ ਮੈਂ ਵੀ ਰਾਜਸਥਾਨ ਵਿੱਚ ਰਹਿਣਾ ਨਹੀਂ ਚਾਹੁੰਦਾ। ਮੇਰਾ ਅਗਲਾ ਤਬਾਦਲਾ ਜਿੱਥੇ ਹੋਵੇਗਾ ਤੂੰ ਵੀ ਉੱਥੇ ਹੀ ਆ ਜਾਵੀਂ, ਇਹੀ ਠੀਕ ਰਹੇਗਾ। ਮੈਂ ਸਮਝ ਨਹੀਂ ਸੀ ਸਕੀ ਕਿ ਉਹ ਮੇਰੇ ਤੋਂ ਪਿੱਛਾ ਛੁਡਾਉਣਾ ਚਾਹ ਰਿਹਾ ਸੀ ਜਾਂ ਮੇਰੀ ਭਲਾਈ ਚਾਹੁੰਦਾ ਸੀ। ਮੈਂ ਅਨੂ ਨਾਲ ਜਦੋਂ ਵੀ ਕੁਝ ਬੋਲਣਾ ਚਾਹੁੰਦੀ ਤਾਂ ਉਹ, ਮੰਮੀ ਮੈਨੂੰ ਪਰੇਸ਼ਾਨ ਨਾ ਕਰੋ, ਕਹਿ ਕੇ ਭੱਜ ਜਾਂਦੀ। ਮੋਹਿਨੀ ਦਿਲ ਦੀ ਚੰਗੀ ਔਰਤ ਲੱਗਦੀ ਸੀ, ਦੇਖਣ ਵਿੱਚ ਵੀ ਸੋਹਣੀ ਸੀ, ਅਨੂ ਨਾਲ ਵੀ ਉਹ ਬਹੁਤ ਪਿਆਰ ਕਰਦੀ ਸੀ। ਪਰੰਤੂ ਮੈਨੂੰ ਲੱਗਿਆ ਕਿ ਉਹ ਮੇਰੇ ਪਤੀ ਅਤੇ ਬੇਟੀ ਦੇ ਕੁਝ ਜ਼ਿਆਦਾ ਹੀ ਨਜ਼ਦੀਕ ਹੈ। ਵਾਤਾਵਰਨ ਕੁਝ ਉਦਾਸ ਜਿਹਾ ਲੱਗਾ। ਨਣਦ ਮੇਰੇ ਨਾਲ ਠੀਕ ਤਰ੍ਹਾਂ ਬੋਲਦੀ ਹੀ ਨਹੀਂ ਸੀ, ਉਹ ਬੋਲਣ ਦੀ ਸਥਿਤੀ ਵਿੱਚ ਹੈ ਵੀ ਨਹੀਂ ਸੀ ਕਿਉਂਕਿ ਕਾਫੀ ਕਮਜ਼ੋਰ ਅਤੇ ਬਿਮਾਰ ਸੀ। ਮੈਂ ਉੱਥੇ 2 ਦਿਨਾਂ ਤੋਂ ਜ਼ਿਆਦਾ ਨਾ ਰੁਕ ਸਕੀ। ਜਾਣ ਤੋਂ ਪਹਿਲਾਂ ਮੈਂ ਰਜਨੀ ਨੂੰ ਆਪਣੀ ਮਜਬੂਰੀ ਦੱਸਦੇ ਹੋਏ ਫੋਨ ਕਰ ਦਿੱਤਾ ਸੀ। ਜਦੋਂ ਦਿੱਲੀ ਵਾਪਸ ਆਈ ਤਾਂ ਮਨ ਵਿੱਚ ਦੁਵਿਧਾ ਸੀ ਕਿ ਮੈਨੂੰ ਜ਼ਬਰਦਸਤੀ ਉੱਥੇ ਰੁਕ ਜਾਣਾ ਚਾਹੀਦਾ ਸੀ, ਪਰ ਕਿਸ ਲਈ ਰੁਕਦੀ? ਸਭ ਤਾਂ ਮੈਨੂੰ ਅਜਨਬੀ ਸਮਝਦੇ ਸਨ, ਕੁਝ ਵੀ ਤਾਂ ਸਮਝ ਵਿੱਚ ਨਹੀਂ ਸੀ ਆ ਰਿਹਾ। ਮਸਾਂ 10 ਦਿਨ ਹੀ ਬੀਤੇ ਹੋਣਗੇ ਕਿ ਵਿਨੋਦ ਦਾ ਖੱਤ ਆਇਆ, ਦੀਦੀ ਦੀ ਮੌਤ ਉਸੇ ਦਿਨ ਹੋ ਗਈ ਸੀ ਜਿਸ ਦਿਨ ਤੂੰ ਦਿੱਲੀ ਵਾਪਸ ਗਈ ਸੀ। ਮੈਂ ਇੱਥੇ ਤਬਾਦਲੇ ਦੇ ਲਈ ਅਰਜ਼ੀ ਭੇਜੀ ਹੈ, ਅੱਗੇ ਕੁਝ ਨਹੀਂ ਸੀ ਲਿਖਿਆ। ਮੈਂ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਦੇ ਹੋਏ ਜਵਾਬ ਭੇਜ ਦਿੱਤਾ। ਇਸ ਤੋਂ ਬਾਅਦ 1 ਮਹੀਨਾ ਬੀਤ ਗਿਆ, ਵਿਨੋਦ ਨੇ ਮੇਰੇ ਕਿਸੇ ਵੀ ਖੱਤ ਦਾ ਜਵਾਬ ਨਹੀਂ ਦਿੱਤਾ। ਮੈਂ ਬਹੁਤ ਚਿੰਤਾ ਵਿੱਚ ਸੀ। ਜਦੋਂ ਬੈਂਕ ਦੀ ਸ਼ਾਖਾ ਵਿੱਚ ਫੋਨ ਕੀਤਾ ਤਾਂ ਪਤਾ ਲੱਗਾ ਕਿ ਵਿਨੋਦ 15 ਦਿਨ ਪਹਿਲਾਂ ਹੀ ਤਬਾਦਲਾ ਕਰਵਾ ਕੇ
ਮੁੰਬਈ ਜਾ ਚੁੱਕਿਆ। ਉਸਨੇ ਜਾਣ ਦੀ ਮੈਨੂੰ ਕੋਈ ਖਬਰ ਨਹੀਂ ਸੀ ਦਿੱਤੀ। ਮੇਰਾ ਮਨ ਵਿਨੋਦ ਵੱਲੋਂ ਉਚਾਟ ਹੋ ਗਿਆ। ਮੈਨੂੰ ਮਰਦਾਂ ਨਾਲ ਨਫ਼ਰਤ ਹੋਣ ਲੱਗੀ ਸੀ। ਇਸ ਤਰ੍ਹਾਂ ਮੇਰੇ ਤੋਂ ਦੂਰੀ ਬਣਾ ਕੇ ਰੱਖਣ ਦਾ ਕੀ ਕਾਰਨ ਹੋ ਸਕਦਾ? ਮੇਰੀ ਸਮਝ ਵਿੱਚ ਕੁਝ ਨਹੀਂ ਸੀ ਆ ਰਿਹਾ। ਮੈਂ ਹਜੇ ਤੱਕ ਆਪਣੇ ਘਰ ਦੀ ਸਥਿਤੀ ਦੇ ਬਾਰੇ ਵਿੱਚ ਪਾਪਾ ਨੂੰ ਕੁਝ ਨਹੀਂ ਸੀ ਦੱਸਿਆ। ਸੋਚਿਆ, ਉਹਨਾਂ ਨੂੰ ਕਿਉਂ ਪਰੇਸ਼ਾਨ ਕਰਾਂ, ਮੈਂ ਤਾਂ ਸੀ ਹੀ। ਮੰਮੀ ਤਾਂ ਇਸ ਦੁਨੀਆ ਵਿੱਚ ਨਹੀਂ ਸਨ। ਪਾਪਾ ਵੈਸੇ ਵੀ ਬਿਜ਼ਨਸ ਦੇ ਸਿਲਸਿਲੇ ਵਿੱਚ ਹਮੇਸ਼ਾ ਹੀ ਟੂਰ 'ਤੇ ਰਹਿੰਦੇ ਸਨ। ਹਜੇ ਮੈਂ ਸੋਚ ਹੀ ਰਹੀ ਸੀ ਕਿ ਪਾਪਾ ਨੂੰ ਮਿਲ ਕੇ ਆਵਾਂ ਕਿ ਵਿਨੋਦ ਦਾ ਖੱਤ ਆ ਗਿਆ। ਖੱਤ ਦੇਖ ਕੇ ਮੇਰਾ ਮਨ ਬੜਾ ਖੁਸ਼ ਹੋਇਆ। ਬੜੇ ਹੀ ਉਤਸ਼ਾਹ ਨਾਲ ਮੈਂ ਖੱਤ ਖੋਲ੍ਹਿਆ। ਹੁਣ ਤਾਂ ਮੈਂ ਨੌਕਰੀ ਛੱਡ ਕੇ ਵੀ ਆਪਣੀ ਬੱਚੀ ਅਤੇ ਪਤੀ ਦੇ ਕੋਲ ਵਾਪਸ ਜਾਣ ਲਈ ਬੇਤਾਬ ਹੋ ਰਹੀ ਸੀ। ਕਿੰਨੀ ਅਜੀਬ ਹੁੰਦੀ ਆ ਔਰਤ, ਆਪਣੇ ਵਜੂਦ ਦੇ ਲਈ ਸੰਘਰਸ਼ ਕਰਦੇ ਹੋਏ ਵੀ ਪਰਿਵਾਰ ਤੋਂ ਅਲੱਗ ਹੋਈ ਸੀ, ਹੁਣ ਉਸੇ ਤਰ੍ਹਾਂ ਪਰਿਵਾਰ ਨਾਲ ਜੁੜਨ ਦੇ ਲਈ ਸਭ ਕੁਝ ਛੱਡਣ ਨੂੰ ਤਿਆਰ ਹੋ ਗਈ। ਪਰ ਖੱਤ ਪੜ੍ਹਦੇ ਹੀ ਮੇਰਾ ਚਿਹਰਾ ਪੀਲਾ ਪੈ ਗਿਆ। ਇਸ ਤਰ੍ਹਾਂ ਲੱਗਿਆ ਜਿਵੇਂ ਹਜ਼ਾਰਾਂ ਛੁਰੀਆਂ ਮੇਰੇ ਸਰੀਰ ਨੂੰ ਛਲਨੀ ਕਰ ਰਹੀਆਂ ਹੋਣ। ਬੜੇ ਹੀ ਹੌਸਲੇ ਨਾਲ ਕੌੜੀ ਦਵਾਈ ਅਤੇ ਮਿੱਠੇ ਸ਼ਹਿਦ ਦਾ ਲੇਪ ਚੜ੍ਹਾ ਕੇ ਖੱਤ ਭੇਜਿਆ ਸੀ। ਖੱਤ ਲਿਖਣ ਦਾ ਭਾਵ ਇਹੀ ਸੀ ਕਿ ਉਹ ਮੋਹਿਨੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਮੋਹਿਨੀ ਦੇ ਗਰਭ ਵਿੱਚ ਉਸਦਾ ਬੱਚਾ, ਉਹ ਮੇਰੇ ਤੋਂ ਤਲਾਕ ਚਾਹੁੰਦਾ। ਮੇਰੀ ਸਮਝ ਵਿੱਚ ਸਾਰੀਆਂ ਗੱਲਾਂ ਆ ਗਈਆਂ। ਮੇਰੇ ਤੋਂ ਦੂਰੀ ਰੱਖਣਾ, ਚਿੱਠੀ ਨਾ ਲਿਖਣਾ, ਖਿਜਿਆ ਖਿਜਿਆ ਰਹਿਣ ਦੇ ਪਿੱਛੇ ਕੀ ਕਾਰਨ ਸੀ ਇਹ ਮੈਂ ਸਮਝ ਗਈ। ਉਸ ਕਾਇਰ ਦੀ ਕਮਜ਼ੋਰੀ 'ਤੇ ਮੈਨੂੰ ਹਾਸਾ ਆਇਆ। ਸਾਫ ਸਾਫ ਕਹਿ ਦਿੰਦਾ ਤਾਂ ਮੈਂ ਕਿਹੜਾ ਮੁੱਕਰ ਜਾਂਦੀ। ਮੈਨੂੰ ਆਰਾਧਨਾ ਦਾ ਫਿਕਰ ਹੋਣ ਲੱਗਾ ਸੀ, ਪਰ ਉਸਨੇ ਲਿਖਿਆ ਸੀ ਆਰਾਧਨਾ ਮੋਹਿਨੀ ਨਾਲ ਬਹੁਤ ਪਿਆਰ ਕਰਦੀ ਹੈ, ਇਸ ਲਈ ਉਹ ਸਾਡੇ ਨਾਲ ਹੀ ਰਹੇਗੀ। ਮੈਂ ਆਪਣੇ ਦਿਲ ਨੂੰ ਕਠੋਰ ਬਣਾ ਕੇ ਤਲਾਕ ਦੇ ਕਾਗਜ਼ਾਂ 'ਤੇ ਸਾਈਨ ਕਰ ਦਿੱਤੇ। ਕਾਨੂੰਨੀ ਕਾਰਵਾਈ ਤੋਂ ਬਾਅਦ 4 ਸਾਲਾਂ ਵਿੱਚ ਤਲਾਕ ਵੀ ਹੋ ਗਿਆ। ਮੈਂ ਪਾਪਾ ਦੇ ਕੋਲ ਚੇਨਈ ਵਾਪਸ ਆ ਗਈ। ਮੈਂ ਬਿਜ਼ਨਸ ਵਿੱਚ ਪਾਪਾ ਦਾ ਹੱਥ ਵਟਾਉਣ ਦਾ ਫੈਸਲਾ ਕਰ ਲਿਆ। ਦਿੱਲੀ ਦੀ ਨੌਕਰੀ ਤੋਂ ਵੀ ਅਸਤੀਫਾ ਦੇ ਦਿੱਤਾ। ਚੇਨਈ ਵਿੱਚ ਸਾਡੀ ਕੰਪਨੀ ਬਹੁਤ ਚੰਗੀ ਚੱਲ ਰਹੀ ਸੀ। ਮੈਂ ਪੂਰੀ ਮਿਹਨਤ ਨਾਲ ਆਪਣੇ ਆਪ ਨੂੰ ਕੰਮ ਲਈ ਸਮਰਪਿਤ ਕਰ ਦਿੱਤਾ, ਪਰ ਪਾਪਾ ਉਹ ਸਦਮਾ ਨਾ ਚੱਲ ਸਕੇ। ਤਲਾਕ ਹੋਣ ਤੋਂ 2 ਮਹੀਨੇ ਬਾਅਦ ਹੀ ਹਾਰਟ ਅਟੈਕ ਕਾਰਨ ਉਹਨਾਂ ਦੀ ਮੌਤ ਹੋ ਗਈ। ਮੇਰੀ ਜ਼ਿੰਦਗੀ ਦੀ ਗੱਡੀ ਧੀਮੀ ਗਤੀ ਨਾਲ ਅੱਗੇ ਵਧਣ ਲੱਗੀ। ਮੈਂ ਕਈ ਮਰਦਾਂ ਨਾਲ ਬਿਜ਼ਨਸ ਦੇ ਦੌਰਾਨ ਮਿਲੀ, ਪਰ ਕਿਸੇ ਨਾਲ ਵੀ ਬਿਜ਼ਨਸ ਦੀ ਗੱਲਬਾਤ ਤੋਂ ਇਲਾਵਾ ਹੋਰ ਕੋਈ ਵੀ ਗੱਲ ਨਾ ਕਰਦੀ। ਲੋਕ ਮੈਨੂੰ ਕਹਿੰਦੇ ਵੀ ਕਿ ਤੂੰ ਦੁਬਾਰਾ ਵਿਆਹ ਕਿਉਂ ਨਹੀਂ ਕਰ ਲੈਂਦੀ, ਪਰ ਮੈਂ ਦੁਬਾਰਾ ਨਾ ਵਿਆਹ ਕਰਨ ਦਾ ਦ੍ਰਿੜ ਸੰਕਲਪ ਲੈ ਲਿਆ ਸੀ। ਇੱਕ ਦਿਨ ਜਦੋਂ ਮੈਂ ਫੈਕਟਰੀ ਤੋਂ ਵਾਪਸ ਆ ਰਹੀ ਸੀ ਤਾਂ ਇੱਕ ਸ਼ਰਾਬੀ ਮੇਰੀ ਕਾਰ ਨਾਲ ਟਕਰਾ ਕੇ ਡਿੱਗ ਪਿਆ। ਮੈਂ ਗੱਡੀ ਰੋਕੀ ਅਤੇ ਉਸਨੂੰ ਹਸਪਤਾਲ ਲੈ ਗਈ, ਉਸਦਾ ਇਲਾਜ ਕਰਵਾਇਆ। ਬਾਅਦ ਵਿੱਚ ਜਾਣ ਪਹਿਚਾਣ ਪੁੱਛਣ 'ਤੇ ਉਸਨੇ ਆਪਣਾ ਨਾਮ ਅਮਰ ਦੱਸਿਆ। ਉਸਨੇ ਦੱਸਿਆ ਕਿ ਉਸਦੀ ਪਤਨੀ ਦੀਪਾ ਕੁਝ ਦਿਨ ਪਹਿਲਾਂ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਹੈ। ਉਸਦੇ ਵਿਯੋਗ ਨੂੰ ਸਹਿਣ ਨਾ ਕਰ ਸਕਣ ਦੇ ਕਾਰਨ ਅਮਰ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸੀ। ਅਮਰ ਦਾ ਵੀ ਕੱਪੜੇ ਦਾ ਵਪਾਰ ਸੀ, ਪਰ ਉਸਨੇ ਦੀਪਾ ਦੇ ਗੁਜ਼ਰ ਜਾਣ ਤੋਂ ਬਾਅਦ ਉਸਦੇ ਵੱਲ ਧਿਆਨ ਹੀ ਨਹੀਂ ਸੀ ਦਿੱਤਾ। ਦੁਖੀ ਹੀ ਕਿਸੇ ਦੁਖਿਆਰੇ ਦਾ ਦੁੱਖ ਸਮਝ ਸਕਦਾ ਹੈ। ਮੈਂ ਅਮਰ ਨੂੰ ਸਹਾਰਾ ਦਿੱਤਾ, ਉਸਦੇ ਅੰਦਰ ਪ੍ਰੇਰਨਾ ਜਗਾਈ।
ਹੌਲੀ ਹੌਲੀ ਅਮਰ ਮੈਨੂੰ ਪਿਆਰ ਕਰਨ ਲੱਗਾ। ਉਸਨੇ ਵਿਆਹ ਦਾ ਪ੍ਰਸਤਾਵ ਵੀ ਰੱਖਿਆ ਤਾਂ ਮੈਂ ਝਿਜਕ ਜੀ ਗਈ। ਫਿਰ ਉਸਨੇ ਕਿਹਾ, ਮੈਨੂੰ ਆਪਣੇ ਆਪ 'ਤੇ ਵਿਸ਼ਵਾਸ ਨਹੀਂ ਹੈ। ਜੇਕਰ ਤੂੰ ਮੈਨੂੰ ਠੁਕਰਾ ਦਿੱਤਾ ਤਾਂ ਮੈਂ ਫਿਰ ਤੋਂ ਦੁਬਾਰਾ ਕਿਤੇ ਸ਼ਰਾਬੀ ਨਾ ਬਣ ਜਾਵਾਂ। ਮੈਂ ਸੋਚਿਆ, ਦਿਸ਼ਾਹੀਣ ਵਿਅਕਤੀ ਦੀ ਜ਼ਿੰਦਗੀ ਨੂੰ ਜੇਕਰ ਦਿਸ਼ਾ ਮਿਲ ਰਹੀ ਆ ਤਾਂ ਰੁਕਣਾ ਨਹੀਂ ਚਾਹੀਦਾ। ਸਾਨੂੰ ਦੋਨਾਂ ਨੂੰ ਇੱਕ ਦੂਜੇ ਦੀ ਜ਼ਰੂਰਤ ਵੀ ਸੀ, ਪਰ ਮਨ ਨੇ ਸੁਚੇਤ ਕੀਤਾ, ਅੱਜ ਇਸ ਨੂੰ ਮੇਰੀ ਲੋੜ ਹੈ। ਕੱਲ੍ਹ ਜ਼ਰੂਰਤ ਨਾ ਹੋਈ ਤਾਂ ਵਿਨੋਦ ਦੇ ਵਾਂਗ ਹੀ ਦੁੱਧ ਵਿੱਚੋਂ ਮੱਖੀ ਦੀ ਤਰ੍ਹਾਂ ਬਾਹਰ ਕੱਢ ਕੇ ਸੁੱਟ ਦਿੱਤਾ ਤਾਂ ਮੈਂ ਤਾਂ ਫਿਰ ਮੈਂ ਉਸਦੇ ਵਿਆਹ ਵਾਲੇ ਪ੍ਰਸਤਾਵ ਨੂੰ ਵੀ ਠੁਕਰਾ ਦਿੱਤਾ। ਸਾਡਾ ਦੋਨਾਂ ਦਾ ਬਿਜ਼ਨਸ ਇੱਕੋ ਜਿਹਾ ਹੋਣ ਕਾਰਨ ਅਸੀਂ ਅਕਸਰ ਮਿਲਦੇ, ਪਰ ਅਮਰ ਨੇ ਦੁਬਾਰਾ ਮੇਰੇ ਨਾਲ ਇਸ ਬਾਰੇ ਕੋਈ ਚਰਚਾ ਨਹੀਂ ਕੀਤੀ। ਅਸੀਂ ਦੋਨੋਂ ਹੋਟਲ ਵਿੱਚ ਬਿਜ਼ਨਸ ਦੇ ਸਿਲਸਿਲੇ ਵਿੱਚ ਹੀ ਮੀਟਿੰਗ ਵਿੱਚ ਭਾਗ ਲੈਣ ਗਏ ਹੋਏ ਸੀ। ਅਮਰ ਨੇ ਮੈਨੂੰ ਵਿਚਾਰਾਂ ਦੇ ਘੇਰੇ 'ਚੋਂ ਬਾਹਰ ਕੱਢਿਆ। ਮੀਨਾ, ਤੂੰ ਕੁਝ ਖਾਧਾ ਵੀ ਨਹੀਂ, ਸਭ ਲੋਕ ਖਾ ਕੇ ਜਾ ਚੁੱਕੇ ਹਨ। ਮੈਂ ਕਿਹਾ, ਓ ਮੈਨੂੰ ਮਾਫ਼ ਕਰ ਦਿਓ ਅਮਰ, ਪੁਰਾਣੀਆਂ ਯਾਦਾਂ ਵਿੱਚ ਮੈਂ ਗੁਆਚ ਗਈ ਸੀ। ਮੈਂ ਸਮਝ ਗਿਆ ਸੀ, ਮੈਂ ਉਹਨਾਂ ਸਭ ਨੂੰ ਕਹਿ ਦਿੱਤਾ ਸੀ ਕਿ ਤੁਹਾਡੀ ਸਿਹਤ ਠੀਕ ਨਹੀਂ ਹੈ। ਚਲੋ ਆਪਾਂ ਇੱਥੋਂ ਸਿੱਧੇ ਵਿਨੋਦ ਕੋਲ ਚੱਲਦੇ ਹਾਂ, ਹਜੇ ਹੁਣ ਉਹ ਆਪਾਂ ਨੂੰ ਵਿਨੋਦ ਨੂੰ ਮਿਲ ਲੈਣ ਦੇਣਗੇ। ਘੱਟੋ ਘੱਟ ਆਰਾਧਨਾ ਨੂੰ ਤਾਂ ਮਿਲ ਹੀ ਲਵੋਂਗੇ। ਮੈਂ ਤੁਹਾਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ, ਖੁਦ ਹੀ ਚਲੀ ਜਾਵਾਂਗੀ, ਤੁਸੀਂ ਮੀਟਿੰਗ ਵਿੱਚ ਜਾਓ। ਉਸਨੇ ਮੇਰੀ ਗੱਲ ਨਾ ਮੰਨੀ, ਆਪਣੇ ਸਹਾਇਕ ਨੂੰ ਸਾਰੀਆਂ ਗੱਲਾਂ ਸਮਝਾ ਕੇ ਉਹ ਮੇਰੇ ਨਾਲ ਚੱਲ ਪਿਆ। ਉਸਨੇ ਆਪਣੇ ਡਰਾਈਵਰ ਨੂੰ ਕਾਰ ਘਰ ਭੇਜ ਦੇਣ ਨੂੰ ਕਹਿ ਦਿੱਤਾ। ਜਦੋਂ ਅਸੀਂ ਹਸਪਤਾਲ ਪਹੁੰਚੇ ਤਾਂ ਆਰਾਧਨਾ ਬਾਹਰ ਹੀ ਖੜ੍ਹੀ ਮਿਲੀ। ਉਹ ਰੋ ਰਹੀ ਸੀ, ਭਰੀਆਂ ਅੱਖਾਂ ਨਾਲ ਉਸਨੇ ਸਾਡੇ ਤੋਂ ਅਲੱਗ ਹੋਣ ਤੋਂ ਬਾਅਦ ਦੀ ਸਾਰੀ ਕਹਾਣੀ ਸੁਣਾਈ। ਜਦੋਂ ਮੋਹਿਨੀ ਨੇ ਵਿਨੋਦ ਨਾਲ ਵਿਆਹ ਕੀਤਾ ਤਾਂ ਅਨੂ ਬਹੁਤ ਖੁਸ਼ ਸੀ। ਮੋਹਿਨੀ ਉਸਨੂੰ ਪਿਆਰ ਕਰਦੀ ਸੀ, ਵਿਨੋਦ ਵੀ ਬਹੁਤ ਖੁਸ਼ ਸੀ, ਪਰ ਅਨੂ ਨੂੰ ਮੋਹਿਨੀ ਦਾ ਹੌਲੀ ਹੌਲੀ ਵਿਨੋਦ ਦੇ ਕਰੀਬ ਆਉਣਾ ਚੰਗਾ ਨਾ ਲੱਗਿਆ। ਉਹ ਸੀ ਵੀ ਜਿੱਦੀ, ਵਿਨੋਦ ਦਾ ਪਿਆਰ ਉਸਦੇ ਲਈ ਘੱਟ ਹੋਣਾ ਉਹ ਸਹਿਣ ਨਹੀਂ ਕਰ ਸਕੀ। ਮੋਹਿਨੀ ਨੂੰ ਉਹ ਕਦੇ ਵਿਨੋਦ ਦੇ ਨਾਲ ਕਿਤੇ ਨਾ ਜਾਣ ਦਿੰਦੀ ਅਤੇ ਉਸਦੇ ਕਰੀਬ ਵੀ ਨਾ ਜਾਣ ਦਿੰਦੀ। ਇਸ ਗੱਲ ਨੂੰ ਲੈ ਕੇ ਹਰ ਰੋਜ਼ ਝਗੜਾ ਹੁੰਦਾ, ਤਕਰਾਰ ਹੁੰਦੀ, ਪਰ ਅੰਤ ਵਿੱਚ ਜਿੱਤ ਅਨੂ ਦੀ ਹੀ ਹੁੰਦੀ। ਜਦੋਂ ਮੋਹਿਨੀ ਦਾ ਬੇਟਾ ਹੋਇਆ ਤਾਂ ਅਨੂ ਨੂੰ ਬਹੁਤ ਚੰਗਾ ਲੱਗਾ, ਪਰ ਮੋਹਿਨੀ ਹਰਸ਼ ਨੂੰ ਸਦਾ ਅਨੂ ਤੋਂ ਦੂਰ ਦੂਰ ਹੀ ਰੱਖਦੀ। ਇੱਕ ਦਿਨ ਹਰਸ਼ ਪੀਂਘੇ ਵਿੱਚ ਸੌ ਰਿਹਾ ਸੀ। ਮੋਹਿਨੀ ਰਸੋਈ ਵਿੱਚ ਖਾਣਾ ਬਣਾ ਰਹੀ ਸੀ। ਅਚਾਨਕ ਉਹ ਜਾਗ ਗਿਆ ਅਤੇ ਰੋਣ ਲੱਗਾ। ਅਨੂ ਆਪਣੇ ਕਮਰੇ ਵਿੱਚੋਂ ਭੱਜ ਕੇ ਆਈ ਅਤੇ ਹਰਸ਼ ਨੂੰ ਆਪਣੀ ਗੋਦੀ ਵਿੱਚ ਚੱਕਣ ਲੱਗੀ ਅਤੇ ਉਹ ਹੇਠਾਂ ਡਿੱਗਦਾ ਹੋਇਆ ਮੋਹਿਨੀ ਨੇ ਉਸਨੂੰ ਫੜ ਲਿਆ। ਮੋਹਿਨੀ ਨੇ ਸੋਚਿਆ ਕਿ ਉਹ ਹਰਸ਼ ਨੂੰ ਪੀਂਘੇ 'ਚੋਂ ਹੇਠਾਂ ਗਿਰਾਉਣਾ ਚਾਹੁੰਦੀ ਹੈ। ਅਨੂ ਨੇ ਕਿੰਨਾ ਹੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਨਾ ਤਾਂ ਉਹ ਸਮਝੀ ਨਾ ਹੀ ਉਸਨੇ ਵਿਨੋਦ ਨੂੰ ਸਮਝਾਉਣ ਦਾ ਮੌਕਾ ਦਿੱਤਾ। ਵਿਨੋਦ ਦੇ ਅਜਿਹੇ ਕੰਨ ਭਰੇ ਕਿ ਰਾਤ ਨੂੰ ਉਸਨੇ ਅਨੂ ਨੂੰ ਮਾਰਿਆ ਵੀ। ਇਸ ਘਟਨਾ ਤੋਂ ਬਾਅਦ ਉਸ ਪਰਿਵਾਰ ਵਿੱਚ ਦਰਾਰ ਪੈਦਾ ਹੋ ਗਈ ਜੋ ਵੱਧ ਹੀ ਗਈ। ਅਜਿਹੇ ਹੀ ਵਾਤਾਵਰਨ ਵਿੱਚ ਦੁਖੀ, ਬੇਇੱਜ਼ਤ, ਪਿਆਰ ਦੇ ਲਈ ਤਰਸਦੀ, ਵਿਲਕਦੀ ਅਨੂ ਵੱਡੀ ਹੁੰਦੀ ਗਈ। ਮੈਨੂੰ ਸੋਚ ਕੇ ਹੈਰਾਨੀ ਹੁੰਦੀ ਕਿ ਵਿਨੋਦ ਨੇ ਆਪਣੇ ਹੀ ਖੂਨ ਨੂੰ ਇਸ ਤਰ੍ਹਾਂ ਲਾਚਾਰ, ਬੇਵੱਸ ਅਤੇ ਦੁਖੀ ਕਿਉਂ ਬਣਾਇਆ। ਇਸ ਘਟਨਾ ਤੋਂ ਬਾਅਦ ਜਦੋਂ ਤੋਂ ਵਿਨੋਦ ਦਾ ਤਬਾਦਲਾ ਨਹੀਂ ਹੋਇਆ
ਉਦੋਂ ਤੋਂ ਅਨੂ ਹਰ ਰੋਜ਼ ਇਹੀ ਸੋਚਦੀ ਕਿ ਉਸਦੀ ਮਾਂ ਉਸਨੂੰ ਦੁਬਾਰਾ ਮਿਲ ਜਾਵੇ। ਮਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਧੀ ਨੂੰ ਦੇਖਿਆ। 9 ਸਾਲ ਦੀ ਉਮਰ ਵਿੱਚ ਉਸਨੇ ਕੀ ਕੁਝ ਨਹੀਂ ਸੀ ਦੇਖਿਆ ਤੇ ਸਹਿਆ ਸੀ। ਵਿਨੋਦ ਤੇ ਮੋਹਿਨੀ ਹਰ ਜਗ੍ਹਾ ਹਰਸ਼ ਨੂੰ ਤਾਂ ਲੈ ਜਾਂਦੇ ਤੇ ਆਰਾਧਨਾ ਨੂੰ ਘਰ ਹੀ ਛੱਡ ਜਾਂਦੇ। ਇਸ ਵਾਰ ਡਿਜ਼ਨੀਲੈਂਡ ਤੋਂ ਵਾਪਸ ਆਉਂਦੇ ਸਮੇਂ ਕਾਰ ਦੁਰਘਟਨਾ ਵੇਲੇ ਇਹ ਹਾਦਸਾ ਹੋ ਗਿਆ ਸੀ। ਮੋਹਿਨੀ ਦੀ ਮੌਤ ਹੋ ਗਈ ਸੀ। ਵਿਨੋਦ ਵੀ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿੱਚ ਜੀਵਨ ਤੇ ਮੌਤ ਦੇ ਵਿਚਕਾਰ ਸੰਘਰਸ਼ ਕਰ ਰਿਹਾ ਸੀ। ਹਰਸ਼ ਨੂੰ ਜ਼ਰਾ ਵੀ ਸੱਟ ਨਹੀਂ ਸੀ ਲੱਗੀ। ਆਰਾਧਨਾ ਜਦੋਂ ਇਹ ਦੱਸ ਰਹੀ ਸੀ ਤਾਂ ਉਸੇ ਦੌਰਾਨ ਵਿਨੋਦ ਦੀ ਵੀ ਮੌਤ ਹੋ ਗਈ। ਉਸਨੂੰ ਕੁਝ ਕਹਿਣ ਸੁਣਨ ਦਾ ਮੌਕਾ ਵੀ ਨਾ ਮਿਲਿਆ। ਮੈਂ ਦੋਨਾਂ ਬੱਚਿਆਂ ਨੂੰ ਲੈ ਕੇ ਘਰ ਆਈ। ਅਮਰ ਨੇ ਵਿਨੋਦ ਦੇ ਅੰਤਮ ਸੰਸਕਾਰ ਵਿੱਚ ਮੇਰੀ ਕਾਫੀ ਮਦਦ ਕੀਤੀ। ਪੁੱਛ ਪੜਤਾਲ ਦੇ ਦੌਰਾਨ ਪਤਾ ਲੱਗਿਆ ਕਿ ਮੋਹਿਨੀ ਦਾ ਕੋਈ ਰਿਸ਼ਤੇਦਾਰ ਨਹੀਂ ਸੀ। ਮੈਂ ਕਿਸ ਰਿਸ਼ਤੇ ਨਾਲ ਬੱਚੇ ਨੂੰ ਇੱਥੇ ਰੱਖਦੀ? ਸਕੂਲ ਵਿੱਚ ਉਸਨੂੰ ਕੀ ਨਾਮ ਦਿੰਦੀ? ਸੋਚਾਂ ਵਿੱਚ ਡੁੱਬੀ ਹੋਈ ਸੀ ਕਿ ਅਨੂ ਅੰਦਰ ਆਈ। ਉਸਨੇ ਪੁੱਛਿਆ, ਮੰਮੀ ਕੀ ਤੁਸੀਂ ਹਰਸ਼ ਦੀ ਵੀ ਮੰਮੀ ਬਣੋਗੇ? ਮੈਂ ਕਿਹਾ, ਮੈਂ ਹਰਸ਼ ਦੀ ਮੰਮੀ ਹੀ ਤਾਂ ਹਾਂ। ਮੈਂ ਤਾਂ ਤੁਹਾਨੂੰ ਕਿੰਨਾ ਗਲਤ ਸਮਝਿਆ ਸੀ ਮੰਮੀ, ਅਨੂ ਪਛਤਾਵੇ ਭਰੇ ਅੰਦਾਜ਼ ਵਿੱਚ ਕਹਿਣ ਲੱਗੀ। ਮੇਰੀ ਵੀ ਤਾਂ ਕੁਝ ਗਲਤੀ ਸੀ। ਮੈਂ ਤੁਹਾਨੂੰ ਮਿਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਪਾਪਾ ਅਤੇ ਮੋਹਿਨੀ ਆਂਟੀ ਨੇ ਮੌਕਾ ਹੀ ਨਹੀਂ ਦਿੱਤਾ। ਬੇਟਾ, ਜੋ ਗੁਜ਼ਰ ਗਿਆ ਉਸਦੇ ਬਾਰੇ ਵਿੱਚ ਬੁਰਾ ਨਹੀਂ ਬੋਲਦੇ। ਹਰਸ਼ ਰੋਂਦਾ ਹੋਇਆ ਉੱਥੇ ਆਇਆ। 3 ਸਾਲ ਦਾ ਗੋਲ ਮਟੋਲ ਹਰਸ਼ ਬਹੁਤ ਪਿਆਰਾ ਲੱਗਦਾ ਸੀ। ਤੋਤਲੀ ਜ਼ਬਾਨ ਵਿੱਚੋਂ ਜਦੋਂ ਉਸਨੇ ਕਿਹਾ ਦੀਦੀ, ਤਾਂ ਅਨੂ ਨੇ ਉਸਨੂੰ ਆਪਣੀਆਂ ਬਾਹਾਂ ਵਿੱਚ ਸਮੇਟਦੇ ਹੋਏ ਕਿਹਾ, ਹਰਸ਼ ਇਹ ਸਾਡੇ ਮੰਮੀ ਹਨ। ਮੈਂ ਉਸਨੂੰ ਗੋਦ ਵਿੱਚ ਲੈ ਕੇ ਪਿਆਰ ਦਿੱਤਾ। ਉਹ ਬਹੁਤ ਦੇਰ ਤੱਕ ਮੰਮੀ ਮੰਮੀ ਕਹਿ ਕੇ ਰੋਂਦਾ ਰਿਹਾ। ਮੈਂ ਸੋਚਣ ਲੱਗੀ, ਜਿਸ ਪਤੀ ਨੇ ਮੈਨੂੰ ਮੇਰੀ ਬੇਟੀ ਤੋਂ ਇਸ ਲਈ ਅਲੱਗ ਕਰ ਦਿੱਤਾ ਸੀ ਕਿਉਂਕਿ ਉਸਦੇ ਅਨੁਸਾਰ ਮੇਰੇ ਵਿੱਚ ਮਮਤਾ ਨਹੀਂ ਸੀ, ਪਿਆਰ ਨਹੀਂ ਸੀ। ਅਤੇ ਹੁਣ ਸਮੇਂ ਦਾ ਖੇਡ ਵੇਖੋ, ਉਸਦੇ ਬੱਚੇ ਮੇਰੀ ਗੋਦ ਵਿੱਚ ਆ ਗਏ। ਇੰਨੇ ਵਿੱਚ ਅਮਰ ਅੰਦਰ ਆਇਆ ਅਤੇ ਕਹਿਣ ਲੱਗਾ, ਅੱਜ ਇਹਨਾਂ ਬੱਚਿਆਂ ਦੀ ਪਰਵਰਿਸ਼ ਦੇ ਲਈ ਮੈਨੂੰ ਬਾਪ ਦਾ ਥਾਂ ਦੇ ਸਕੇਂਗੀ? ਮੈਂ ਕਿਹਾ, ਸਾਡੇ ਬੱਚੇ ਹੋਣਗੇ ਤਾਂ ਕੀ ਹੋਵੇਗਾ? ਸਰਕਾਰ ਦਾ ਪਰਿਵਾਰ ਨਿਯੋਜਨ ਦਾ ਬੋਰਡ ਨਹੀਂ ਦੇਖਿਆ? 2 ਬੱਚੇ ਬਸ। ਇਹ ਬੱਚੇ ਆਪਾਂ ਨੂੰ ਇਕੱਠੇ ਹੀ ਮਿਲੇ ਹਨ, ਇਸ ਲਈ ਮੈਂ ਇਹਨਾਂ ਦਾ ਪਾਲਣਹਾਰਾ ਬਣ ਕੇ ਜੀਵਨ ਗੁਜ਼ਾਰਨ ਦਾ ਫੈਸਲਾ ਕਰ ਲਿਆ ਹੈ। ਇਸ ਤੋਂ ਅੱਗੇ ਮੇਰੇ ਵਿੱਚ ਇਨਕਾਰ ਕਰਨ ਦੀ ਸ਼ਕਤੀ ਹੀ ਨਹੀਂ ਸੀ। ਪਰ ਮੈਂ ਅਨੂ ਨੂੰ ਬੁਲਾ ਕੇ ਪੁੱਛਿਆ, ਅਮਰ ਅੰਕਲ ਨੂੰ ਪਾਪਾ ਕਹਿ ਸਕੇਂਗੀ? ਤਾਂ ਅਨੂ ਦਾ ਜਵਾਬ ਸੀ ਕਿ ਜੇਕਰ ਹਰਸ਼ ਦੇ ਲਈ ਤੁਸੀਂ ਮਾਂ ਬਣੇ ਹੋ ਤਾਂ ਅੰਕਲ ਸਾਡੇ ਦੋਨਾਂ ਦੇ ਪਾਪਾ ਹੋਏ ਨਾ। ਅਸੀਂ ਉਸ ਅਣਜਾਣੇ ਪਲ ਵਿੱਚ ਇੱਕ ਦੂਸਰੇ ਨਾਲ ਪੂਰੀ ਤਰ੍ਹਾਂ ਬੱਝ ਚੁੱਕੇ ਸੀ। ਮੈਂ ਸ਼ੁਕਰਗੁਜ਼ਾਰ ਨਜ਼ਰਾਂ ਨਾਲ ਅਮਰ ਵੱਲ ਦੇਖਿਆ। ਮੇਰੀਆਂ ਨਜ਼ਰਾਂ ਵਿੱਚ ਛੁਪੀ ਸਹਿਮਤੀ ਅਮਰ ਦੀਆਂ ਨਜ਼ਰਾਂ ਤੋਂ ਲੁਕ ਨਾ ਸਕੀ। ਸੋ ਪਰਮਾਤਮਾ ਦੇ ਰੰਗਾਂ ਨੂੰ ਕੋਈ ਨਹੀਂ ਸਮਝ ਸਕਦਾ, ਪਰ ਇੰਨਾ ਸ਼ੁਕਰ ਸੀ ਕਿ ਬੱਚਿਆਂ ਨੂੰ ਮਾਂ ਮਿਲ ਗਈ। ਉਮੀਦ ਹੈ ਤੁਹਾਨੂੰ ਕਹਾਣੀ ਬਹੁਤ ਚੰਗੀ ਲੱਗੀ ਹੋਵੇਗੀ। ਇੱਕ ਲਾਈਕ ਵੀ ਕਰਿਓ, ਦੋਸਤਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਜੇਕਰ ਚੈਨਲ ਨੂੰ ਪਹਿਲੀ ਵਾਰ ਸੁਣ ਰਹੇ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ। ਇਸੇ ਤਰ੍ਹਾਂ ਦੀਆਂ ਦਿਲ ਨੂੰ ਛੂਹ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ। ਇਹ ਕਹਾਣੀ ਸੁਣਨ ਲਈ ਵਕਤ ਦੇਣ ਲਈ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ।